Zindabad! 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 Congress Party! Zindabad! 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 Indian National Congress! Zindabad! Chaudhary Lal Singh! Zindabad! Chaudhary Lal Singh! Zindabad! Chaudhary Sahab aage badho! Hum tumhare saath hain! Chaudhary Sahab aage badho! Hum tumhare saath hain! ਜਿੰਦਾਬਾਦ ਜਿੰਦਾਬਾਦ ਓਏ ਸਪੀਕਰ ਮੰਗਾ ਮੇਰੇ ਘਰੀ ਜਾ ਹਲੋ ਪਹਿਲਾਂ ਜਾ ਮੋਟਰ ਲੈ ਜਾ ਜਾ ਜਲਦੀ ਆ ਕੋਈ ਨਹੀਂ ਬੜਾ ਪਾ ਓ ਜਾ ਮੋਟਰ ਜਾਓ ਇਹ ਦੂਜਾ ਪੈਸੇ ਨੂੰ ਮਿਲਣਾ ਤੁਹਾਡੇ ਦਾ ਵਾਟੂ ਹੈ ਫੇਰ ਹੱਥ ਵੀ ਲੈ ਲਈਏ ਬੜੀ ਬੇਇੱਜ਼ਤੀ ਜਲਦੀ ਕਰੋ ਪਲੀਜ਼ ਹੈਲੋ ਮੈਂ ਸੋਹਣ ਲਾਲ ਤੁਸੀਂ ਸਾਰੇ ਲੋਕ ਮੈਨੂੰ ਜਾਣਦੇ ਹੋ ਮੈਂ ਇਸ ਗ੍ਰਾਂ ਦੇ ਵਿੱਚ ਆਏ ਦੇ ਸਾਰੇ ਜਿਹੜੇ ਮਹਿਮਾਨ ਨੇ ਇੱਥੋਂ ਦੇ ਜਿਹੜੇ ਐਮ ਪੀ ਹੈ ਚੌਧਰੀ ਲਾਲ ਸਿੰਘ ਮੈਂ ਆਪਣੇ ਆਪ ਕੀ ਬੜਾ ਖੁਸ਼ ਨਸੀਬ ਸਮਝਣਾ ਕਿ ਜਿਸ ਵੇਲੇ ਤੁਸੀਂ ਲੋਕ ਚੌਧਰੀ ਸਾਹਿਬ ਦੇ ਆਉਣ ਦਾ ਉੱਪਰ ਸਾਰੇ ਇੱਥੇ ਇਕੱਠੇ ਹੋਏ ਹੋ ਮੈਨੂੰ ਖੁਸ਼ੀ ਹੋਈ ਆ ਔਰ ਮੈਂ ਚਾਹੁੰਦਾ ਕਿ ਇੱਕ ਵਾਰੀ ਆਪਣੇ ਲੋਕਲ ਕੈਂਡੀਡੇਟ ਚੌਧਰੀ ਲਾਲ ਸਿੰਘ ਜਿੰਨਾ ਨਿਸ਼ਾਨ ਪੰਜਾ ਅੱਠ ਅੱਠ ਅੱਠਾਂ ਮੋਹਰ ਲਾਣੀ ਆ ਔਰ ਚੌਧਰੀ ਲਾਲ ਸਿੰਘ ਜੀ ਕਾਮਯਾਬ ਬਣਾਉਣਾ ਮੈਂ ਇੱਕ ਵਾਰੀ ਦੁਬਾਰਾ ਇੱਥੇ ਆਏ ਦੇ ਸ਼੍ਰੀ ਤੁਰੂ ਰਾਮ ਜੀ ਅਸ਼ੋਕ ਕੁਮਾਰ ਜੀ ਕੁਮੰਤ ਜੀ ਸੰਜੇ ਜੀ ਰਕੇਸ਼ ਜੀ ਹੋਰ ਵੀ ਤਮਾਮ ਜਿੰਨੇ ਵੀ ਸਾਰੇ ਉੱਤਮ ਜੀ ਔਰ ਸੋਨੂ ਖੜੋਤਰਾ ਜਿੰਨੇ ਵੀ ਗ੍ਰਾਂ ਦੇ ਲੋਕ ਇੱਥੇ ਆਏ ਦੇ ਨਾ ਮੈਂ ਸਾਰਿਆਂ ਦਾ ਤਹਿ ਦਿਲ ਕਰਨਾ ਥੋੜ੍ਹਾ ਸ਼ੁਕਰੀਆ ਕਰਨਾ ਇੱਕ ਵਾਰੀ ਦੁਬਾਰਾ ਤੁਹਾਡੇ ਅੱਗੇ ਅਪੀਲ ਕਰਗਾ ਕਿ 19 ਤਰੀਕ ਅਪ੍ਰੈਲ ਦੀ 19 ਤਰੀਕ ਚੌਧਰੀ ਲਾਲ ਸਿੰਘ ਦਾ ਨਿਸ਼ਾਨ ਹੱਥ ਆ ਹੱਥ ਨੂੰ ਮੋਹਰ ਲਾਣੀ ਆ ਤੇ ਚੌਧਰੀ ਲਾਲ ਸਿੰਘ ਹੋਰੇ ਕਾਮਯਾਬ ਬਣਾਉਣਾ ਇਹਨੇ ਸ਼ਬਦੇ ਕਿੰਨਾ ਕਰਨਾ ਚੌਧਰੀ ਲਾਲ ਸਿੰਘ ਚੌਧਰੀ ਸਾਹਿਬ ਅੱਗੇ ਵੜੋ ਚੌਧਰੀ ਸਾਹਿਬ ਅੱਗੇ ਵੜੋ ਜੋ ਸਰਕਾਰ ਜੰਮੂ ਦੇ ਸੀਨੇ ਜੋ ਸਰਕਾਰ ਬੇਰੋਜ਼ਗਾਰੀ ਦੇ ਜੋ ਸਰਕਾਰ ਜਮੀਨਾਂ ਛੀਨੇ ਮੈਂ ਹੁਣ ਅਪੀਲ ਕਰਦਾ ਕਿ ਚੌਧਰੀ ਸਾਹਿਬ ਆਪਣੇ ਵਿਚਾਰ ਰੱਖਣ ਜੈ ਹਿੰਦ ਜੈ ਭਾਰਤ ਚੌਧਰੀ ਸਾਹਿਬ ਚੌਧਰੀ ਸਾਹਿਬ ਚੌਧਰੀ ਸਾਹਿਬ ਥੋੜਾ ਅੱਗੇ ਮੇਰੇ ਬਜ਼ੁਰਗੋ ਨੌਜਵਾਨ ਸਾਥੀਓ
ਅਜੀਜ਼ ਸਾਡੀਆਂ ਭੈਣਾਂ ਬੱਚੇ, ਤੁਸੀਂ ਸਾਰੇ ਪਤਾ ਇਹ ਇਲੈਕਸ਼ਨ ਦਾ ਵਕਤ ਹੈ ਔਰ ਤੁਸ 10 ਸਾਲ ਇਲੈਕਸ਼ਨ ਭੁਗਤੀ ਹੋ, ਚੰਗਾ ਭੁਗਤਿਆ ਔਰ ਜਿੰਨਾ ਨੁਕਸਾਨ ਮੈਂ ਸਮਝਣਾ ਸਾਡੇ ਲੋਕਾਂ ਦਾ ਹੋਇਆ, ਸ਼ਾਇਦ ਹੀ ਕਿਸੇ ਦਾ ਨੁਕਸਾਨ ਨਹੀਂ ਹੋਇਆ। ਸਟੇਟ ਟੁੱਟਣ ਦੇ ਬਾਅਦ ਤੋਂ ਸਾਰੇ ਜਾਣਦੇ ਹੋ ਜਿਹੜੇ ਹਾਲਾਤ ਸਟੇਟ ਦੇ ਬਣੇ, ਜਿਹੜਾ ਅਸੀਂ ਯੂਪੀ ਬਣਾਇਆ ਔਰ ਯੂਪੀ ਬਣਾਈ ਹੈ ਜੋ ਸਾਡੀ ਹਾਲਤ ਕੀਤੀ ਹੈ ਨਾ, ਜ਼ਮੀਨੇ ਪਰ ਕਬਜ਼ੇ ਕੀਤੇ ਨੇ, ਸਾਡੀ ਜ਼ਮੀਨ ਤਖਤੀਆਂ ਲੱਗੀਆਂ ਔਰ ਜ਼ਮੀਨਾਂ ਖਾਲੀ ਕਰਨ ਦੀ ਕੋਸ਼ਿਸ਼ ਕੀਤੀ ਔਰ ਕੀਤੀਆਂ ਵੀ ਹਨ। ਬੱਚੇ ਦੀ ਪੜ੍ਹਾਈ 12ਵੀਂ ਪਾਸ ਵਾਲੇ ਕੀ 13ਵੀਂ ਦਾਖਲ ਹੋਣ ਵਾਸਤੇ ਇੰਟਰੈਂਸ ਦੇਣੇ ਪਿਆ, ਕਿੰਨੇ ਬੱਚੇ ਬੱਚੀਆਂ ਸਕੂਲਾਂ 'ਚ ਕਾਲਜਾਂ 'ਚ ਦਾਖਲ ਨਹੀਂ ਹੋ ਸਕੇ, ਕਿੰਨੇ ਬੱਚੇ ਜਿਹੜੇ ਬੱਚੇ ਪੜ੍ਹੇ ਲਿਖੇ ਹਰ ਘਰ 'ਚ, ਕਿਸੇ ਨੇ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ MA BEd MSc BEd, ਉਹ ਬੱਚੇ ਜਿਹੜੇ ਟੀਚਰ ਲੱਗਣੇ, ਇਹਨਾਂ ਰਹਿਬਰੇ ਤਲੀਮ ਸਕੀਮ ਖਤਮ ਕਰਨੀ, ਜਿਹਦੇ 'ਚ ਕੋਈ ਬੱਚਾ ਦਾਖਲ ਹੋ ਹੀ ਨਹੀਂ ਸਕਿਆ, ਟੀਚਰ ਨਹੀਂ ਲੱਗ ਸਕਿਆ, ਪੂਰੇ 8 ਸਾਲ ਹੋਈ ਹੈ। ਇਹ ਕਿ ਜਿਹਨਾਂ ਬੱਚੇ ਪੈਰਾਮੈਡੀਕਲ ਦੀ ਟ੍ਰੇਨਿੰਗ ਕੀਤੀ ਦੀ ਹੈ, ਚਾਹੇ ਕੁੜੀਆਂ ਚਾਹੇ ਜਾਗਤ, ਮੇਰੇ ਖਿਆਲ ਹੈ ਉਹ ਸਾਰੇ ਖੱਜਰ ਵਾਲੇ। ਜੰਮੂ ਕਸ਼ਮੀਰ ਦੇ ਅੰਦਰ ਤੁਸੀਂ ਨੋਟ ਕਰੋ, ਸਾਰੀ ਸਟੇਟ ਪਹਿਲੇ ਇਹਦਾ ਨੰਬਰ ਬੜਾ ਪਿੱਛੇ ਹਾ ਬੇਰੁਜ਼ਗਾਰੀ 'ਚ, ਅੱਜ ਨੰਬਰ ਸੈਕਿੰਡ ਹੈ ਹਿੰਦੁਸਤਾਨ 'ਚ, ਦੂਏ ਨੰਬਰ ਬਣਿਆ। ਇਹਦਾ ਬੜੀ ਸ਼ਰਮ ਦੀ ਗੱਲ ਕੀ ਹੈ ਔਰ ਅਸੂ ਬਰਦਾਸ਼ਤ ਕਰੀ ਜਾਂਦੇ, ਬਰਦਾਸ਼ਤ ਕਰੀ ਜਾਂਦੇ, ਬਰਦਾਸ਼ਤ ਕਰੀ ਜਾਂਦੇ, ਬਰਦਾਸ਼ਤ ਕਰੀ ਜਾਂਦੇ, ਸਾਰੇ ਪੰਚਾਇਤੀਆਂ ਕਰੀ ਜਾਂਦੇ ਅਸੂ ਲੱਗੇ ਦੇ ਬਰਦਾਸ਼ਤ ਕਰਨੀ, ਔਰ ਕਿੰਨੇ ਦਿਨ ਬਰਦਾਸ਼ਤ ਕਰਨੀ ਹੈ? ਘਰ ਬੱਚੇ ਯਾਦ ਕੁੜੀਆਂ ਜਾਂ ਪਹਾੜਾਂ ਲਿਖਾ ਮਾਂ ਪਿਓ ਲੱਗਿਆ ਦੇਣ, ਕੋਈ ਕਾਰੋਬਾਰ ਨਹੀਂ ਹੈ ਔਰ ਬੱਚੇ ਮਾਂ ਪਿਓ ਲਈ ਸ਼ਰਮ ਕਰਨ ਦੇ, ਪੜ੍ਹੀਏ ਅਸ ਕੱਖ ਨਹੀਂ ਕਰ ਸਕੇ ਮਾਂ ਪਿਓ ਦਾ, ਇਹ ਹਾਲਤ ਬਣੀ ਰਹੀ ਹੈ। ਕਈ ਲੋਕ ਨਸ਼ੇ ਸ਼ਾਮਿਲ ਹੋਈ ਹੈ, ਇੱਥੇ ਸ਼ਰਾਬ ਦਾ ਠੇਕਾ ਨਹੀਂ, ਠੇਕੇ ਠੇਕੇ ਖੋਲੀ ਹੈ, ਇਹ BJP ਸਰਕਾਰ ਹੈ। ਤੁਸੀਂ ਪਤਾ ਹੋਣਾ ਚਾਹੀਦਾ, ਜਿਹੜਾ ਤੁਸੀਂ ਚਿੱਟੇ ਦਾ ਨਾਂ ਨਹੀਂ ਸੁਣਦਾ 2014 'ਚ, ਨੋਟ ਕਰੋ, ਜਿਹੜੇ ਮੈਂ ਇਲੈਕਸ਼ਨ 2014 'ਚ MP ਦੀ ਸੀਟ ਛੋੜੀ ਹੈ, ਯਾਦ ਕਰੋ, ਕਿਸੇ ਬੰਦੇ ਦੀ ਟਰਾਲੀ ਰੁਕਦੀ, ਕਿਸੇ ਬੰਦੇ ਦੀ ਜ਼ਮੀਨ ਖੋਹਦੇ ਹੈ, ਕਿਸੇ ਬਜ਼ੁਰਗ ਦੀ ਇਹ ਸਰਟੀਫਿਕੇਟ ਬਣਾਉਣੇ ਪਾਉਂਦਾ ਕਿ ਮੈਂ ਬੁੱਢਾ, ਅਦਾਲਤ 'ਚ ਬਣਾਈ ਲੈਣੇ ਪਾਉਂਦਾ, ਕਿਸੇ ਵਿਧਵਾ ਕੀ ਆਪਣਾ ਸਰਟੀਫਿਕੇਟ ਬਣਾਉਣੇ ਪਾਉਂਦਾ ਅਦਾਲਤ 'ਚ ਪੈਨਸ਼ਨ ਲੈਣੇ ਵਾਸਤੇ, ਕਦੀ ਐਸਾ ਥਾ ਕੋਈ ਟਰਾਲੀ ਕੋਈ ਟਰੈਕਟਰ ਲਈਏ ਦਰਿਆ 'ਚ ਜਾਂਦਾ ਰੇਤਾ ਪਈ ਨਹੀਂ ਲੈਣੀ, ਕੋਈ ਪੂਛ ਪੜਤਾਲ ਆਹੀ, ਅੱਜ ਟਰੈਕਟਰਾਂ ਦੀ ਮਾਫੀਆ ਖਾ ਲਏ, ਟਰੈਕਟਰਾਂ ਨਾ ਕੇ ਬਣਿਆ ਮਾਫੀਆ, ਸਾਲੇ ਆਪੂ ਮਾਫੀਆ ਤਾਂ ਮਾਫੀਆ ਕੌਣ ਟਰੈਕਟਰ ਵਾਲੇ ਜਾਂ ਗਰੀਬ ਆਦਮੀ। ਔਰ ਤੁਸੀਂ ਨੋਟ ਕਰੋ, ਕਮ ਸੇ ਕਮ ਵੀ 1 ਲੱਖ ਟਰੈਕਟਰ ਹੋਣਾ ਇਸ ਜੰਮੂ ਸੂਬੇ 'ਚ, ਹਰ ਇਲਾਕੇ 'ਚ ਕੋਈ 1000 2000 ਟਰੈਕਟਰ ਹੈ, ਜਿਹੜਾ ਸਸਤਾ ਮਟੀਰੀਅਲ ਗਲੀ ਗਲੀ ਕੂਚੇ ਕੂਚੇ ਪਜਾਉਂਦਾ, 10 ਰੁਪਏ ਰਾਇਲਟੀ ਹੀ, ਅੱਜ 5 ਰੁਪਏ ਹੈ, 40 ਰੁਪਏ ਫੁੱਟ ਰੇਤਾ ਬਜ ਰਹੀ ਹੈ, ਕਿੱਥੇ ਗਰੀਬਾਂ ਦੇ ਮਕਾਨ ਕੀ ਬਣਾਉਣੇ, ਭਗਤੀ ਬਦਲੀ ਹੈ। ਔਰ ਨੋਟ ਕਰੋ, ਸੀਮਿੰਟ ਦਾ ਰੇਟ ਕਿੱਥੇ ਚਲੀ ਆ, ਸਰੀ ਦਾ ਰੇਟ ਕਿੱਥੇ ਚਲੀ ਆ, ਅੱਜ ਆਪਣੇ ਸਿਰ ਛੁਪਾਉਣ ਵਾਸਤੇ ਜਗ੍ਹਾ ਬਣਾਉਣ ਵਾਸਤੇ ਬੜੀ ਕਿੰਨੀ ਮੁਸ਼ਕਿਲ ਹੋਈ ਹੈ, ਅੱਜ ਰਸੋਈ
ਸਾਰੀਆਂ ਕੁੜੀਆਂ ਹੀ ਪੁੱਛੋ, ਮਾਤਾ ਭੈਣ ਹੀ ਪੁੱਛੋ, ਕਿੰਨੀ ਮਹਿੰਗੀ ਰਸੋਈ ਅੱਜ ਰਸੋਈ ਖਾਲੀ ਖਾਲੀ ਲੱਗਦੀ ਹੈ। ਅੱਜ ਰਸੋਈ ਇੰਨੀ ਕਮਜ਼ੋਰ ਹੋਈ ਹੈ, ਜਿਹਨੇ ਡੱਬੇ 'ਚ ਦਸੇ ਪੰਦਰਾਂ ਡੱਬੇ 'ਚ ਦਾਲਾਂ ਪੈਂਦੀਆਂ ਹੁੰਦੀਆਂ, ਅੱਜ ਆਸਤਾ ਆਸਤਾ ਕਰੀਏ ਡੱਬੇ ਖਾਲੀ ਹੁੰਦੇ ਜਾ ਦੇਣ, ਔਰ ਸ਼ਮਤਾ ਨਹੀਂ ਰਹਿੰਦੀ ਕਿ ਦਾਲ ਕਿਵੇਂ ਖਰੀਦਣੀ ਹੈ। ਇੰਨੀ ਮਹਿੰਗੀ ਹੋਈ, ਪੈਸੇ 'ਚ ਦਾਲ ਵਧੀ, ਰੁਪਈਆਂ 'ਚ ਕਦੀ ਨਹੀਂ ਵਧੀ, ਉਹਨਾਂ ਰੁਪਈਆਂ 'ਚ ਵਧੀ, ਪਹਿਲੇ ਪੈਸੇ ਹੀ ਵਧੀ। ਤੀਸਰੀ ਪੁਜੀਸ਼ਨ ਗੈਸ ਮੁਕਦੀ ਹੈ ਘਰੇ ਵਾਲਾ, ਜਨਾਨੀ ਘਰੇ ਵਾਲਾ ਡਰਦੀ ਗੈਸ ਮੁੱਕੀ ਹੈ, ਆਖਰ ਨਹੀਂ ਹੋ ਸਕਦਾ, ਲੇਕਿਨ ਗੈਸ ਰੋਟੀ ਕਿੱਥੋਂ ਬਣਾਉਣੀ ਹੈ, ਆਦਤਾਂ ਵਿਗਾੜੀਆਂ ਸਾਰੀਆਂ, ਔਰ ਆਦਤਾਂ ਬਣਾਈਆਂ ਔਰ ਇਨਕਮ ਪੈਸੇ ਦੀ ਨਹੀਂ ਰਹੀ। ਜਿਹੜੇ ਲੋਕ ਰਿਟਾਇਰ ਹੋਏ ਉਹਨਾਂ ਕੀ ਸਬੂਤ ਦੇਣੇ ਪਵਾਦਾ, ਜਿਹੜਾ ਉਹਦਾ ਸਾਲ ਹੁੰਦਾ ਵੀ ਤੂੰ ਜ਼ਿੰਦਾ ਹੈ, ਲਾਈਫ ਸਰਟੀਫਿਕੇਟ ਦੇਣ ਅਤੇ ਉਹਦੀ ਪੈਨਸ਼ਨ ਲੱਗਦੀ ਹੈ। ਯਾਰ ਹੱਦ ਹੋਈ, ਅਸ ਲੋਕ ਆਪਣੇ ਦੇਸ਼ 'ਚ ਇੰਨੀਆਂ ਹੋਈਆਂ ਚੋਰ ਹੁੰਦੇ, ਹਰ ਬੰਦਾ ਚੋਰ ਮਹਿਸੂਸ ਕਰਦਾ, ਔਰ ਬਿਜਲੀ ਦਾ ਇਹ ਹਾਲਤ ਹੈ। ਨੋਟ ਕਰੋ, ਇੰਨੀ ਮਹਿੰਗੀ ਬਿਜਲੀ ਹੋਈ ਹੈ, ਜਿਹੜੀ ਬਿਜਲੀ 100 ਰੁਪਇਆ 180 ਰੁਪਇਆ ਮਹੀਨਾ ਲੱਗਦਾ, ਅੱਜ 500-600 ਰੁਪਇਆ ਉਸ ਗਰੀਬ ਆਦਮੀ ਕੋਲ, ਔਰ 500 ਰੁਪਇਆ ਲਈ 500 ਰੁਪਏ ਦੀ ਜਿਹੜੀ ਹੈ 1000-1500-2000 ਰੁਪਏ ਦੀ ਹੋਈ ਹੈ, ਮਤਲਬ 1000 ਗੁਣਾ ਰੇਟ ਵਧੀ ਆ। ਪਾਣੀ ਦੀ ਟੈਂਕੀ ਕੀ ਲੱਗੇ ਨੂੰ ਦੂਆ ਕੰਮ ਲੱਗਣ, ਆਪੂ ਇਹ ਨਹੀਂ ਕਰਿਆ, ਚੋਰੀ ਨਹੀਂ ਕੀਤੀ ਇਹਨਾਂ, ਤੂੰ ਸੋਚ ਨਹੀਂ ਸਕਦੇ। ਪਾਈਪ ਦਾ ਟੈਂਡਰ ਜਿਹੜਾ ਹੋਇਆ, ਤੁਸੀਂ ਪਤਾ ਹੋਣਾ ਚਾਹੀਦਾ, ਪਾਈਪ ਦਾ ਟੈਂਡਰ ਹੋਇਆ GI ਪਾਈਪ ਦਾ, ਔਰ ਪਾਈਪ ਕਿਹੜੀ ਆਈ, ਪਲਾਸਟਿਕ ਦੀ, ਪਤਾ ਕਰੋ ਕਿੰਨੇ ਪੈਸੇ ਖਾਧੇ, 24 ਕਰੋੜ ਰੁਪਏ ਖਾਧਾ ਜੀ ਇੱਥੇ ਤੁਹਾਡੇ ਜੰਮੂ ਸੂਬੇ 'ਚ। ਕਿਹ ਗਿਆ ਕੀ ਤਬਾਹੀ ਹੋਈ ਹੈ, ਹਰ ਬੰਦਾ ਲੁੱਟੀ ਆ ਲੁੱਟੀ ਆ ਲੁੱਟੀ ਆ, ਲੋਕ ਲੁਟੋਈ ਹੈ ਲੁਟੋਈ ਹੈ, ਇਹ ਹਾਲਤ ਹੈ, ਇਸ ਕਿਸਮ ਦੀ ਹਾਲਤ ਹੈ। ਇੱਜ਼ਤ ਕੋਈ ਨਹੀਂ, ਰਿਸਪੈਕਟ ਕੋਈ ਨਹੀਂ, ਨਾ ਕਿਸੇ ਦਫ਼ਤਰ 'ਚ ਇੱਜ਼ਤ ਹੈ ਨਾ ਰਿਸਪੈਕਟ ਹੈ। ਗਰਦੌਰੀ ਡਿਜੀਟਲ ਹੈ ਮਹਾਰਾਜ, ਹੁਣ ਇਹ ਜਿਹੜੀ ਗਰਦੌਰੀ ਹੈ ਇਹ ਹੁਣ ਸਿੱਧੀ ਨਕਲ ਨਹੀਂ ਮਿਲਣੀ, ਇਹ ਨਕਲ ਸਿੱਧੀ ਨਹੀਂ ਮਿਲਣੀ, ਉਹ ਨਕਲ ਜਿਹੜੀ ਮਿਲਣੀ ਹੈ ਕਿਹਾਂ, ਉਹਦੇ ਡਿਜੀਟਲ ਵਿੱਚ ਪੜਨੀ ਫਿਰ ਪਾਜ ਨਿਕਲਣੀ। ਬਈ ਸਰਾਓ ਪੈਸੇ ਬੰਦ ਹੋਏ, ਪੈਸੇ ਰਿਸ਼ਵਤ ਵਧੀ, ਦੋ ਖਰਚੇ ਪਈਏ, ਇੱਕ ਪਹਿਲਾਂ ਹੀ ਪੈਸੇ ਜਮ੍ਹਾਂ ਕਰਾਓ ਅਤੇ ਦੂਏ ਉਸੇ ਨਕਦ ਦੇਣ ਜਾਓ, ਨਹੀਂ ਤਾਂ ਉਹ ਨਹੀਂ ਚੱਲਦੀ, ਮਸ਼ੀਨ ਹੀ ਨਹੀਂ ਚੱਲਦੀ, ਮਸ਼ੀਨ ਉਸ ਦਿਨ ਚੱਲਦੀ ਜਿਸ ਦਿਨ ਚੋਰੀ ਪੈਸਾ ਦਿਓ, ਇਹ ਸਾਡੀ ਹਾਲਤ ਹੈ। ਅਸ ਲੋਕ ਆਪਣੇ ਮੁਲਕ 'ਚ ਆਪਣੀ ਖੱਡ 'ਚ ਆਪਣੇ ਨਾਲੇ 'ਚ ਪਰਾਏ ਹੋਈ ਹਾਂ, ਜਿਹੜੇ ਟਰੈਕਟਰ ਲਈ ਜਾਂਦੇ ਪਕੜ ਲੈਂਦੇ, ਜ਼ੁਰਮਾਨਾ ਕਿੰਨਾ, ਮਿਨੀਮਮ 16,000 ਰੁਪਇਆ ਟਰੈਕਟਰ ਲੈ ਲਿਆ, ਉਹਨੂੰ ਕੋਈ ਬੰਬ ਲੈ ਲਿਆ, 16,000 ਰੁਪਇਆ ਟਰੈਕਟਰ, ਔਰ ਵਿਚਾਰਾ ਚੋਰੀ ਫੇਰਾ ਲੈਂਦਾ, ਇੱਕ ਕੋਈ ਦਿਹਾੜੀ ਬਣੀ ਆ, ਰੋਟੀ ਬਣੀ ਆ, ਘਰਾਂ ਕੁਛ ਬਣੀ ਆ, ਇਹ ਹਾਲਤ ਹੈ। ਪਕੜੋਈ ਜਾਂਦਾ ਜ਼ੁਰਮਾਨਾ, ਔਰ ਫਿਰ ਛੁੜਕਦਾ ਨਹੀਂ, ਜੇ ਬੜੇ ਨਹੀਂ ਪੈਸੇ ਦੇਣ ਤਾਂ ਸੀਜ਼ ਹੋਈ ਆ, ਇਹ ਪੁਜੀਸ਼ਨ ਹੈ। ਉੱਥੇ ਜਾਣ ਲੋਕਾਂ ਬੱਚਿਆਂ ਕੀ ਚਿੱਟਾ ਦੇ ਉੜਿਆ, ਬੱਚਿਆਂ ਕੀ ਨਸ਼ਾ ਦੇ ਉੜਿਆ, ਕਾਰੋਬਾਰ ਦਿੱਤਾ ਨਹੀਂ, ਅਤੇ ਲੋਕਾਂ ਖੁਸ਼ ਕੀਤੇ ਦਾ ਤੁਹਾਨੂੰ ਆਟਾ ਦੇਣਾ, ਤੁਹਾਨੂੰ ਚੌਲ ਦੇਣਾ, ਫਿਰੇ ਮੂੰਹ ਇਹਨੇ ਲੋਕਾਂ ਦਾ ਆਟਾ ਚੌਲ ਦੇਣੇ ਵਾਲੇ ਦਾ, ਫਿਰ ਨੌਕਰੀ ਦਿਓ ਨਾ, ਕਾਰੋਬਾਰ ਦਿਓ, ਸਾਡਾ ਕਾਰੋਬਾਰ ਕੋਲ ਵੱਡੀ ਕੀ ਚੀਜ਼ ਹੈ, ਆਪਣੀ ਜੇਬ 'ਚ ਪੈਸੇ ਖਰਚ, ਹਰ ਘਰ ਨੌਕਰੀ ਹੋਣੀ ਚਾਹੀਦੀ, ਕਿਉਂ ਨਹੀਂ ਹੋਣੀ ਚਾਹੀਦੀ ਬਈ, ਸਰਕਾਰ ਦਾ ਕੰਮ ਕੀ ਹੈ, ਸਰਕਾਰ ਅਗਰ ਨੌਕਰੀ ਨਹੀਂ ਦੇ ਸਕਦੀ, ਕਾਰੋਬਾਰ ਨਹੀਂ ਦੇ ਸਕਦੀ, ਫਿਰ ਬੈਠੇ ਯਕੀਨ ਛੋੜੋ, ਖਲਾਸੀ ਕਰੋ ਸਾਰੀ, ਬਦਲੋ ਨਹੀਂ ਫਿਰ ਰੱਖਣਾ ਕਿਵੇਂ ਨਹੀਂ। ਆਦੇ ਜਿਸ ਖੇਤ ਸੇ ਮੁਜੱਸਰ ਨਾ ਰੋਟੀ, ਉਸ ਖੇਤ 'ਤੇ ਉਹਦੀ ਉਸਕੋ ਮਿਟਾ ਦਿਓ, ਖਤਮ ਕਰ ਦਿਓ, ਬਰਬਾਦ ਕਰ ਦਿਓ। ਅਤੇ ਇਸੇ ਜਿਹੜੀ ਨੇਤਾਗਿਰੀ ਅਸੀਂ ਨੁਕਸਾਨ ਦੇ ਦੀ ਹੈ, ਔਰ ਇੱਕ ਇਲੈਕਸ਼ਨ ਹੋਏਗਾ, ਕੈਸੀ ਬਣਦੀ ਸੀ ਸਟੇਟ ਹੈ,
ਐਮਐਲਏ ਇਲੈਕਸ਼ਨ ਖਤਮ ਔਰ ਸਾਰੇ ਇਲਾਕੇ ਪ੍ਰੈਜ਼ੀਡੈਂਟ ਰੂਲ ਲੱਗਦਾ ਐਮਰਜੈਂਸੀ ਹੈ ਅਸ ਐਮਰਜੈਂਸੀ ਰਵਾਉਂਦੇ ਹਾਂ ਪਤਾ ਹੋਣਾ ਚਾਹੀਦਾ ਐਮਰਜੈਂਸੀ ਕਿਹੋ ਜਿਹੀ ਹੁੰਦੀ ਹੈ ਜਿਹੜਾ ਕੋਈ ਆਪਣਾ ਘਰਦਾਰੀ ਨੂੰ ਤਾਂ ਪੁੱਛਣ ਵਾਲਾ ਇਹ ਐਮਰਜੈਂਸੀ ਹੈ ਔਰ ਇਸ ਐਮਰਜੈਂਸੀ ਦੇ ਅੰਦਰ ਤੁਸੀਂ ਕਿਸੇ ਮੁਲਾਜ਼ਮ ਕਹਿੰਦੇ ਗੱਲ ਨਹੀਂ ਕਰ ਸਕਦੇ ਫਾਲਤੂ ਇੰਨੀ ਬੁਰੀ ਹਾਲਤ ਹੈ ਲੀਡਰ ਹੈ ਉਹਦੇ ਕੱਪੜੇ ਫੜਨੇ ਮਾਰੇ ਮੇਰੀ ਗੱਲ ਸੁਣਿਓ ਮੇਰੀ ਗੱਲ ਸੁਣਿਓ ਮਾਰੇ ਆਇਆ ਕਿੰਨੇ ਲੋਕਾਂ ਜੱਫੀਆਂ ਟੋਕੀਆਂ ਹੱਥ ਪਕੜੇ ਬਾਂਹ ਪਕੜੇ ਹਾਰ ਪਾਏ ਨਹੀਂ ਪਾਏ ਮੈਂ ਤਾਂ ਕੋਈ ਅਫਸਰ ਦਵਾਈ ਦੱਸੋ ਇੰਨੀਆਂ ਥਲਾਇਆ ਨਹੀਂ ਤਾਂ ਸਰਕਾਰੀ ਹਮਲਾਈ ਆ ਕਾਨੂੰਨ ਬਣੀ ਆ ਬੰਦਾ ਫਸੀ ਆ ਮਤਲਬ ਇੰਨਾ ਅੱਛਾ ਲੋਕ ਰਾਜ ਲੋਕਤੰਤਰ ਔਰ ਇਹਨੇ ਬਰਬਾਦ ਕਰੀ ਰੱਖੀ ਆਏ ਲੋਕਾਂ ਦੀ ਪੁੱਛ ਪੜਤਾਲ ਇਹ ਕੁੱਥੇ ਇਲੈਕਸ਼ਨ ਨਹੀਂ ਹੋਇਆ ਅਤੇ ਮੇਰੇ ਖਿਆਲ ਵੋਟ ਮੰਗਣ ਵੀ ਕੋਈ ਆ ਜਿਹੜੀ ਤੁਹਾਡੀ ਤੁਰਦ ਸ਼ਾਲ ਕੀਤੀ ਸਰਪੰਚ ਖਰੇ ਭਲੇ ਫਿਰ ਇਲੈਕਸ਼ਨ ਕਰਾਏ ਨੇ ਸਰਪੰਚ ਖਤਮ ਕਰਨੇ ਕੌਂਸਲਾਂ ਹੀ ਆ ਕਾਰਪੋਰੇਸ਼ਨਾਂ ਹੀ ਆ ਔਰ ਮਿਊਂਸਪਲ ਕਮੇਟੀਆਂ ਹੀ ਆ ਸਾਰੀਆਂ ਬਗੈਰ ਇਲੈਕਸ਼ਨ ਖਤਮ ਕਰਨੀਆਂ ਐਮ ਪੀ ਵਾਲੀ ਉਹ ਖਤਮ ਨਹੀਂ ਕੀਤੀ ਕਿਉਂ ਇਹਨਾਂ ਉੱਥੇ ਬੈਠੇ ਰਹਿਣਾ ਬਾਕੀ ਖਤਮ ਇਸ ਕਰੀਏ ਸਾਰੀ ਗੱਲਾਂ ਦਾ ਹਿਸਾਬ ਲੈਣ ਵਾਲਾ ਔਰ ਕੈਸਾ ਐਮ ਪੀ ਬਣਾ ਉੜਿਆ ਨਾ ਪਾਰਲੀਮੈਂਟ 'ਚ ਬੋਲਦਾ ਨਾ ਲਾਕੇ ਜਾਂਦਾ ਨਾ ਬੰਦੇ ਹੀ ਮਿਲਦਾ ਨਾ ਕਿਸੇ ਗੱਲ ਸੁਣਦਾ ਪਹਾੜੀ ਉਹ ਨਹੀਂ ਛੱਡਣੀ ਪਲੇਨ ਉਹਨਾਂ ਨੇ ਫਿਰਨਾ ਗੱਡੀ ਉਹਨਾਂ ਨੇ ਆਉਣਾ ਅਗਰ ਕੋਈ ਪੁੱਛੀ ਬੈਠਾ ਸ਼ਰਾਬ ਸਾੜਾ ਕੇ ਕੀਤਾ ਤਾਂ ਪੁਲਿਸ ਬੁਲਾਉਂਦਾ ਅੰਦਰ ਦੇ ਉੱਠਦਾ ਉਹ ਗਾਟੀ ਵਾਲਾ ਸਰਪੰਚ ਅੱਛੀ ਬੈਠਾ ਪਾਣੀ ਨਹੀਂ ਹੈ ਜਨਾਬ ਤੁਹਾਡੇ ਟਾਈਮ 'ਚ ਪਾਣੀ ਨਹੀਂ ਹੈ ਹੁਣ ਪੁਲਿਸ ਵਾਲੇ ਬੁਲਾਏ ਆਪੋ ਅੱਗੇ ਲੰਘੀ ਆ ਪੁਲਿਸ ਵਾਲੇ ਪਿੱਛੇ ਫੜ ਠੰਡ ਦੇ ਉੜਿਆ ਮੀਂਹ ਫਸਿਆ ਹੀ ਆ ਮੈਂ ਉਸੇ ਸ਼ਿਕਾਇਆ ਮੈਂ ਤੂੰ ਛੱਡਣਾ ਜਾਂ ਮੈਂ ਆ ਮੈਂ ਤੂੰ ਛੱਡਣਾ ਜਾਂ ਮੈਂ ਆ ਸਿੱਧੀ ਗੱਲ ਹੈ ਗੱਲ ਇਹ ਹੈ ਮਜਬੂਰੀ ਹੈ ਚੌਧਰੀ ਲਾਲ ਸਿੰਘ ਜ਼ਰੂਰੀ ਹੈ ਜੰਮੂ ਕੀ ਮਜਬੂਰੀ ਹੈ ਚੌਧਰੀ ਲਾਲ ਸਿੰਘ ਜ਼ਰੂਰੀ ਹੈ ਕਠੂਆ ਕੀ ਮਜਬੂਰੀ ਹੈ ਚੌਧਰੀ ਲਾਲ ਸਿੰਘ ਜ਼ਰੂਰੀ ਹੈ ਕਠੂਆ ਕੀ ਮਜਬੂਰੀ ਹੈ ਚੌਧਰੀ ਲਾਲ ਸਿੰਘ ਜ਼ਰੂਰੀ ਹੈ ਕੋਈ ਤੇ ਮੈਂ ਤੁਸੀਂ ਗਲਾਣਾ ਚਾਹੁੰਦਾ ਕਿੰਨੇ ਹਾਲਾਤ ਖਰਾਬ ਨੇ ਇੰਨਾ ਅਰਗੈਂਟ ਇਹਨੇ ਇੰਨਾ ਅਰਗੈਂਟ ਇੰਨਾ ਗੁੱਸਾ ਹੈ ਇੰਨੀ ਸੰਨ ਹੈ ਇੰਨੀ ਆਕੜ ਹੈ ਕਮਾਲ ਹੈ ਕਿ ਅਸੀਂ ਐਮ ਪੀ ਬਣਾਈ ਲਿਆ ਸਰ ਅਸੀਂ ਉਹਦੇ ਕੋਲੋਂ ਪਹਿਲੇ ਲੀਡਰ ਬਣੇ ਅਸੀਂ ਮਨਿਸਟਰ ਹੈ ਤੋ ਸਾਡੇ ਡਾਕਟਰ ਹੈ ਜੀ ਸਾਫ ਕਰੋ ਅਸੀਂ ਨਹੀਂ ਕੋਈ ਲੱਗਾ ਵੀ ਭਾਰ ਚੜਿਆ ਇਹ ਭਾਰ ਚੜੀ ਹੈ ਬੜੀ ਜਲਦੀ ਭਾਰ ਚੜੀ ਹੈ ਨਾ ਇਸ ਕਰੀ ਭਾਰ ਤੋਰਨਾ ਤੋਰਨਾ ਭਾਰ ਨਹੀਂ ਕਈ ਮੁੰਡੇ ਦੇਖੇ ਬਣਾਉਂਦਾ ਭਾਈ ਫਿਰੇ ਫਿਰੇ ਭਾਰ ਹਜੇ ਨਹੀਂ ਹੈ ਇਸ ਕਰੀਏ ਬੋਲਣਾ ਵਿੱਚ ਇਸ ਕਰੀਏ ਮੈਂ ਉਹਨੇ ਬੱਚੇ ਆ ਗਿਆ ਤੁਹਾਡੀ ਜ਼ਿੰਦਗੀ ਖਤਮ ਹੋ ਚੁੱਕੀ ਹੈ ਅਗਰ ਨਹੀਂ ਸਮਝ ਆਉਂਦੇ ਤੁਸੀਂ ਜ਼ੀਰੋ ਯੂਥ ਅਗਰ ਬਰਬਾਦ ਕੀਤਾ ਇਹਨਾਂ ਕੀਤਾ ਯੰਗ ਜਨਰੇਸ਼ਨ ਕੀ ਰੁਜ਼ਗਾਰ ਨਹੀਂ ਦਿੱਤਾ ਇਹਨਾਂ ਨੇ ਦਿੱਤਾ ਔਰ ਜਿਹੜੀ ਕੰਪਨੀਆਂ ਇੱਥੇ ਲੱਗਦੀਆਂ ਸਾਡੇ ਬੱਚੇ ਨੌਕਰੀ ਨਹੀਂ ਦਿੰਦੇ ਕਿਉਂਕਿ ਕੰਪਨੀ ਕੋਲ ਪੈਸਾ ਖਾ ਲਿਆ ਉਹ ਪਕੜੋ ਨੀ ਇਲੈਕਟ੍ਰੋਲ ਬਾਂਡ ਪਕੜੋ ਹੀ ਨਹੀਂ ਹੁਣ ਤੁਸੀਂ ਨੋਟ ਕਰੋ ਉਹਦੇ ਵਿੱਚ ਜਿਹੜੀ ਬੀਫ ਗਾਈ ਦਾ ਮਾਸ ਉਹ ਸੋਹਣੇ ਦੰਦ ਕੱਢੀ ਜਾ ਦਿਓ ਦੇਖੋ ਮੇਰੇ ਪਾਸ ਤਰਾਣੀ ਜੱਫੀ ਠੋਕਦੀ ਛੋੜੋ ਹੱਦ ਹੋਈ ਮੈਂ ਦਿਖਿਆ ਕਿ ਤੁਸੀਂ ਕਿੱਥੇ ਰੋਣਾ ਇਹਦੇ ਬਾਅਦ ਜਾਣਾ ਕੁੱਤੇ ਤੁਸੀਂ ਜੱਫੀ ਠੋਕ ਲਿਆ ਕੁਛ ਦਿਖੇ ਸਕਦੇ ਹੋ
ਇਧਰੇ ਮੋਜੂ ਲਿਆ ਦੇ ਤੁਹਾਡਾ, ਮੋਜੂ ਲਿਆ ਦੇ ਮੁੰਡੇ ਤੇਰਾ ਤੁਹਾਡਾ। ਮੈਂ ਗਲਾਣਾ ਪੁੱਤਰੋ, ਇਲੈਕਟਰਲ ਬਾਂਡ ਪਕੜੋਇਆ, ਸੁਪਰੀਮ ਕੋਰਟ ਨੇ ਇਹਦੀ ਇਨਕੁਆਇਰੀ ਕੀਤੀ, ਉਹਦੇ 'ਚ ਕੰਪਨੀਆਂ ਆਈਆਂ ਜਿਹੜੀ ਬੀਫ ਵੇਚਣੇ, ਬੀਫ ਹੁੰਦਾ ਗਾਈਆਂ ਦਾ ਮਾਸ ਵੇਚਣ ਵਾਲੀ, ਉਹਦਾ 200 ਦੇ ਕਿੰਨੇ ਕਰੋੜ ਰੁਪਈਆ, ਕਿੰਨਾ ਕਿੰਨੇ 250 ਕਰੋੜ ਰੁਪਇਆ ਉਹਨਾਂ ਇਹਦੇ ਕੋਲੋਂ ਲਿਆ ਕਮਿਸ਼ਨ। ਕੋਣਾ ਲਿਆ? ਕਿਹੜੀ ਪਾਰਟੀ ਨੇ? ਜਿਹੜੀ ਆਖਦੀ ਹੈ ਜੈ ਸ਼੍ਰੀ ਰਾਮ। ਪਰਮਾਤਮਾ ਭਗਵਾਨ ਰਾਮ ਨੇ, ਭਗਵਾਨ ਰਾਮ ਵੀ ਕੁਦਰਤ ਦਿਖਿਆ ਕੋਈ ਉਹਦੇ ਕੋਲ ਕੋਈ ਨਸ਼ਾ, ਉਹਦੇ ਲਾਗੇ ਕੋਈ ਨਸ਼ੇ ਦਾ ਬੰਦਾ, ਉਹਦੇ ਲਾਗੇ ਕੋਈ ਮਾਸ, ਉਹਦੇ ਲਾਗੇ ਕੋਈ ਉਹ ਹੈ। ਥੋੜ੍ਹੀ ਜਿਹੀ ਸ਼ਰਮ ਜੇ ਕਰੋ ਯਾਰ, ਨਾ ਲੈਂਦੇ ਹੋ ਕਿਹੜਾ ਧਰਮ ਦਾ, ਅਤੇ ਕਰਤੂਤਾਂ ਕਿਹੜੀਆਂ ਨੇ? ਮਾਸ ਦੇ ਪੈਸੇ ਲੈ ਦੇ, ਗਾਈ ਦੇ ਪੈਸੇ ਪੈਸੇ ਲੈ ਦੇ। ਔਰ ਸੁਣੋ, ਤੁਹਾਨੂੰ ਕਸਮ ਲੱਗਿਆ, ਗੂਗਲ ਖੋਲੋ, ਪਤਾ ਕਰੋ, ਇਲੈਕਟਰ ਬਾਂਡ ਖੋਲੋ, ਯੂਟਿਊਬ ਕੋਈ ਕਰੋ, ਤੁਸੀਂ ਪਤਾ ਲੱਗੀ ਆ ਕਿੰਨੇ ਪੈਸੇ ਕੁਹਦੇ ਕੋਲੋਂ ਲਏ। ਇਹ ਸੁਪਰੀਮ ਕੋਰਟ ਨੇ ਨੰਗੇ ਕੀਤੇ ਨੇ, ਇਸ ਗੱਲ ਅਸੀਂ ਸੁਪਰੀਮ ਕੋਰਟ ਦਾ ਸ਼ੁਕਰੀਆ ਕਰ ਰਹੇ ਹਾਂ ਕਿ ਐਕਸਪੋਜ਼ ਹੋਏ ਨੇ, ਐਕਸਪੋਜ਼ ਹੋਏ ਨੇ। ਔਰ ਇਹ ਜਿਹੜੀ ਕੰਪਨੀ ਇੱਥੇ ਮੇਗਾ ਲੱਗੀ ਦੀ ਹੈ, ਪੁੱਛੋ ਇਹਦਾ ਵੀ ਨਾਂ ਆਇਆ ਉਹਦੇ 'ਚ, ਇਹਨੇ ਕਿੰਨੇ ਪੈਸੇ, ਤੁਹਾਨੂੰ ਕੀ ਲਾਉਣਾ ਇਹਨਾਂ? ਜਿਸਲੇ ਪੈਸੇ ਦੇ ਘੁਟਾਲੇ ਨਹੀਂ ਹੈ, ਇਹ ਪੈਸੇ ਲੈ ਦੇਣ, ਕਮਿਸ਼ਨ ਲੈਂਦੀ ਹੈ। ਔਰ ਜਿਹੜੀ ਪਾਰਟੀਆਂ ਵਿਚਾਰੀਆਂ ਥੋੜ੍ਹੇ ਥੋੜ੍ਹੇ ਪੈਸੇ ਕੀ ਦਿੰਦੇ, ਉਹਦੇ ਅਕਾਊਂਟ ਫਰੀਜ ਕਰੀ ਜੁੜੇ ਤਾਂ ਕਿ ਇਲੈਕਸ਼ਨ ਨਹੀਂ ਲੜਨ, ਉਹਦਾ ਹੀ ਹਾਲ ਕੀਤਾ। ਔਰ ਇਹਦੇ ਨਾਲ ਅਰਬਾਂ ਰੁਪਏ ਕਿੱਠੇ ਨੇ, ਅਰਬਾਂ ਖਰਬਾਂ ਰੁਪਏ ਪਾਣੀ ਵਾਲੇ ਖਾਪੇ ਖਾ ਦੇ, ਮੁੜੇ ਮੋਟਰਸਾਈਕਲ ਨੇ ਤੇਲ ਪਾਈਏ ਦਿਆ ਦੇ, ਕਹਿੰਦੇ ਬਣਾਉਣ ਦਿਆ ਦੇ ਹੈ। ਚੌਧਰੀ ਲਾਲ ਸਿੰਘ ਦੀ ਇਹ ਜਿੰਨੇ ਮੁੜੇ ਨੇ ਸਵੇਰੇ ਮੋਟਰਸਾਈਕਲ ਚਲਾ ਦੇ, ਆਪਣੇ ਪੱਲੋਂ ਚਲਾ ਦੇਣ ਔਰ ਲੜਾਈ ਲੜਾ ਦੇਣ ਕਿ ਅਸੀਂ ਚੇਂਜ ਕਰਨਾ। ਮੇਰੀ ਖੁਸ਼ੀ ਹੈ, ਮੇਰੇ ਕਹਿੰਦੇ ਜਿੰਨੀਆਂ ਗੱਡੀਆਂ ਚਲਾ ਦੀਆਂ, ਜਿੰਨੇ ਮੋਟਰਸਾਈਕਲ ਚਲਾ ਦੇ, ਸਾਰੇ ਲੋਕ ਆਪਣੇ ਪੱਲੋਂ ਚਲਾ ਦੇ। ਲੇਕਿਨ ਉਹ ਸਮਝਦੇ ਅਸੀਂ ਲਾਲ ਸਿੰਘ ਪ੍ਰਪੋਜ਼ ਨਹੀਂ ਮੰਨਣਾ, ਲਾਲ ਸਿੰਘ ਦੀ ਸਪੋਰਟ ਕਰਨੀ ਹੈ। ਇੱਥੇ ਸਾਲੇ ਚੁਆਨੀ ਦਾ ਤੇਲ ਪਵਾਈਏ ਅਤੇ ਬਨਾਨਾ ਲਈਏ, ਪੁੱਤਰੋ ਗੁਜ਼ਾਰਾ ਹੋ ਸਕਦਾ? ਕੱਲ੍ਹ ਦੇ ਦਿਨ ਸੋਚੋ ਪਰਸੋਂ ਕੀ ਹੋਣਾ ਤੁਹਾਡੇ ਕਹਿੰਦੇ, ਔਰ ਪਿੱਛੇ ਕਿਉਂ ਹੀ ਹੈ। ਔਰ ਇਹ ਦਿਨ ਚੰਦ ਦਿਨ, ਇਹ ਥੋੜ੍ਹੇ ਦਿਨ, ਵੈਰੀ ਫਿਊ ਡੇ, 19-30 ਵੋਟ ਪਈ ਜਾਣੇ, ਉਹਦੇ ਬਾਅਦ ਤੁਹਾਨੂੰ ਕਿਸੇ ਨੇ ਨਹੀਂ ਪੁੱਛਣਾ। ਮੈਂ 19 ਕੋਲਾਂ, ਮੈਂ ਪਹਿਲੇ ਵੀ ਆਦਾ ਇੱਥੇ ਥੜੇ ਪਰ ਕਿੰਨੀਆਂ ਮੀਟਿੰਗਾਂ ਕਰੀਏ ਗਿਆ, ਮੈਂ MP ਥਾ, MLA ਨਹੀਂ ਥਾ, ਜੇ ਬਣਿਆ ਨਹੀਂ ਬਣਿਆ, ਮੈਂ ਤੁਹਾਨੂੰ ਮਿਲਦਾ ਹੀ ਰਿਹਾ। ਆਇਆ ਨਾ ਆਇਆ ਨਾ, ਜਿਹੜਾ ਤੁਹਾਡੀ ਸ਼ਕਲ ਨਹੀਂ ਦੇਖੀ ਉਹਨੇ ਆਪਣੀ ਸ਼ਕਲ ਨਹੀਂ ਦੱਸੀ, ਜਿਹਨਾਂ ਤੁਹਾਡੇ ਗੱਲ ਨਹੀਂ ਕੀਤੀ, ਜਿਹਦੇ ਤੁਸੀਂ ਗੱਲ ਨਹੀਂ ਕੀਤੀ, ਜਿਹਦੇ ਕੋਲ ਤੁਸੀਂ ਫੋਨ ਨਹੀਂ ਕੀਤਾ, ਉਹਨੇ ਤੁਹਾਨੂੰ ਫੋਨ ਨਹੀਂ ਕੀਤਾ, ਅਤੇ ਭਾਈ ਸਾਹਿਬ ਉਹਨੇ ਹੀ ਜਿਤਾਉਣਾ ਹੈ, ਜਿਤਾਉਣਾ। ਔਰ ਇਸ ਕਰੀਏ ਕੁੜੀਓ, ਉਹ ਮੇਰੀ ਭੈਣੋ, ਤੁਸੀਂ ਵੀ ਸੁਣਾ ਦੀ ਗੱਪਾਂ ਕਰੀ, ਉਹ ਸੁਣ ਲਿਆ ਗੱਲ, ਹਾਂ ਅਗਰ ਨਹੀਂ ਸੁਣ ਗਿਆ ਤਾਂ ਨੁਕਸਾਨ ਤੁਹਾਡਾ, ਮੇਰਾ ਘੱਟ ਹੈ ਤੁਹਾਡਾ ਸ਼ਾਇਦਾ। ਮੈਂ ਮੇਰੇ ਕਹਿੰਦੇ ਜੋ ਬੀਤਾ ਰਹੀ ਹੈ ਤੁਸੀਂ ਦਿਖਾ ਰਹੇ ਹੋ, ਜੋ ਮੇਰੇ ਨੇ ਹੋਈ ਹੈ ਤੁਸੀਂ ਦਿਖਾ ਰਹੇ ਹੋ, ਮੇਰੇ ਪਰਿਵਾਰ ਮੇਰੇ ਕਹਿੰਦੇ ਜੋ ਕੁਛ ਕੀਤਾ, ਮੈਂ CBI ਤੁਹਾਡੇ ਇਲਾਕੇ ਵਾਸਤੇ ਮੰਗਿਆ ਦਾ, ਯਾਦ ਹੈ? ਔਰ ਇਹਦਾ ਜਵਾਬ ਤੁਸੀਂ ਦੇਣਾ, ਹਾਂ ਤੁਸੀਂ ਦਿੱਤਾ ਜਾਂ ਨਹੀਂ ਦਿੱਤਾ ਤੁਸੀਂ ਪਤਾ, ਚੰਦ ਲੋਕਾਂ ਦਿੱਤਾ ਵੀ। ਔਰ ਇਹਨਾਂ ਲੋਕਾਂ ਕੀ ਕੀਤਾ, ਇਹਨਾਂ ਕਿਹਾ CBI ਮੰਗਤਾ ਥਾ, ਹਮਨੇ ਇਸਕੇ ਆਪੋ ਆਖੇ ਸਪੀਚ ਕਰਾ ਦਾ, ਪੜ੍ਹੋ ਜੀ, ਉਹਦੇ 'ਚ ਵੀ ਹੈ, ਯੂਟਿਊਬ 'ਚ ਵੀ ਹੈ, ਅਤੇ ਫੇਸ ਟਾਈਮ 'ਚ ਹੈ, ਇੰਸਟਾਗ੍ਰਾਮ 'ਚ ਵੀ ਹੈ, ਦੇਖੋ ਅਦਾ ਬੜੀ CBI ਮੰਗਤਾ ਥਾ, ਤਮੀਜ਼ ਦੇਖੋ,
ਮੈਂ ਤੇਰਾ ਮਨਿਸਟਰ ਹਾਂ, ਤੂੰ ਮੇਰਾ ਡਾਕਟਰ ਹਾਂ, ਆਖਣਾ ਉਹਦੇ ਹੱਥ ਥਾ ਮੇਰਾ ਤਾਂ ਮੇਰਾ ਤਾਂ ਉਸੇ ਥਾ ਕਰੀ ਆਖਦਾ, ਮੈਂ ਤੇਰਾ ਥਾ ਥੂ ਨਹੀਂ ਕਰੀ ਉੱਠਦਾ ਤੂੰ ਗੱਲ ਕਰਦਾ। ਤੁਹਾਡੀ ਬਦਨਸੀਬੀ ਹੈ ਅਤੇ ਮੇਰੀ ਤੁਹਾਡੇ ਖੰਨੇ ਹੈ ਕਿ ਜਿਹਦੀ ਬਹਿਨ ਹੈ ਐਸੇ ਨਿਕਮੇ ਲੋਕ ਜਿਹੜੇ ਲੋਕਾਂ ਪਰ ਆਦਮੀ ਇੱਕ ਵਾਰੀ ਅਫਸਰ ਕੋਲ ਨੌਕਰੀ ਕਰੀ ਜਾਂਦਾ ਤਾਂ ਉਸੀ ਆਦਮੀ ਰਾਮ ਸਲਾਮ ਕਰਦਾ, ਉਹਦੀ ਤਮੀਜ਼ ਕਿਵੇਂ ਬੁਲਾਉਂਦਾ? ਇਹਨੇ ਅਕਲ ਹੀ ਨਹੀਂ। ਫਿਰ ਬੁਲਾਉਣਾ ਮਾਰਾ ਕੈਂਪ ਲਗਾਉਣਾ ਹੈ, ਕੈਂਪ ਦੀ ਪਰਮਿਸ਼ਨ ਦਿਓ, ਡੈਪਟੀ ਦਾ ਕੈਂਪ ਲਵਾਉਣਾ, ਕਿਹੜਾ ਸ਼ੂਗਰ ਵਾਲਾ। ਇਸ ਕਰੀਏ ਇਹਦੀ ਸ਼ੂਗਰ ਸਾਰਿਆਂ ਦੀ ਮੈਂ ਬੜੀ ਬੜੀ ਠੀਕ ਕੀਤੀ ਹੈ, ਗੱਲ ਯਾਦ ਰੱਖਿਓ। ਔਰ ਮੈਂ ਚਾਹੁੰਦਾ ਇਸ ਵਾਰੀ ਸ਼ੂਗਰ ਵਾਲਾ ਟੀਕਾ ਤੁਸੀਂ ਠੋਕੋ ਜੀ, ਠੀਕ ਹੈ? ਠੀਕ ਹੈ। ਤੁਸੀਂ ਲਖਨਪੁਰ ਬੜਾ ਸਤਾਇਆ, ਤੁਸੀਂ ਸ਼ਾਇਦ ਚੇਤਾ ਭੁੱਲੀ ਦਾ ਹੋਇਆ, ਤੁਹਾਨੂੰ ਲਖਨਪੁਰ ਯਾਦ ਕਰੋ, ਹਿੰਦੁਸਤਾਨ 'ਚ ਕਰੋਨਾ ਮੁਕੀ ਆ, ਬੈਰੀਅਰ ਮੁਕੀ ਹੈ, ਲਖਨਪੁਰ ਨਹੀਂ ਮੁਕਿਆ, ਸ਼ਿੰਚਰ ਇਹਦੀ ਦਵਾਈ ਨਹੀਂ ਮੁੱਕੀ, ਦਵਾਈ ਲੈਂਦੀ ਸੀ ਨਾ, ਨਾਸੇ 'ਚ ਠੋਕਿਆ ਗਈਆਂ ਰੋਜ਼ ਨਾ, ਹੁਣ ਤੁਸੀਂ ਵੀ ਨਾਸੀਆਂ ਠੋਕਣਾ ਹੀ ਉਂਗਲਾਂ ਦੋ, ਇਹਦਾ ਮਤਲਬ ਕੀ ਹੁੰਦਾ? ਕਰੋ ਹੀ ਆ ਸਾਰੇ, ਇਹ ਕਹਿ ਹੈ ਫਿਰ ਤੂੰ ਸਾਡੀ ਨਾਸੀਆਂ ਠੋਕਿਆ, ਹੁਣ ਅਸੀਂ ਜਿੱਤੀ ਹੈ, ਹੱਦ ਹੋਈ ਹੈ, ਹੱਦ ਹੋਈ, ਹੱਦ ਹੋਈ। ਮਾਂ ਪੁੱਤਰ ਕੋਈ ਮਰੀ ਆ ਲੱਕੜੀ ਨਹੀਂ ਪਾਈ ਸਕੇ ਇੱਕ ਦੂਜੇ, ਕਹਿ ਪਕਤਾ ਆ, ਕੋਈ ਮਿੱਟੀ ਨਹੀਂ ਪਾਈ ਸਕੇ ਆਪਣੇ ਬਜ਼ੁਰਗਾਂ ਦੀ, ਆਪਣੇ ਜਵਾਨ ਬੱਚੇ ਦੀ, ਔਰ ਇਹ ਸੁੱਟੀ ਉੜੇ ਜੇ ਕੋਈ ਜਾਨਵਰ ਹੁੰਦੇ ਇਸ ਕਿਸਮ ਦੀ ਹਾਲਤ ਹੋਈ, ਖੱਡੇ ਸੁੱਟੀ ਉੜੇ, ਇਹਾਂ ਫੁਕੀੜੇ ਪੈਟਰੋਲ ਦੂਰੋਂ ਸੁੱਟਿਆ, ਲੱਕੜੀਆਂ ਦੂਰੋਂ ਸੁੱਟੀਆਂ, ਬੜਾ ਜ਼ੁਲਮ ਹੋਏਦਾ, ਬੜਾ ਪਾਪ ਹੋਏਦਾ। ਗੰਗਾ 'ਚ ਹਜ਼ਾਰਾਂ ਦਸ ਦਸ ਹਜ਼ਾਰ ਲਾਸ਼ ਪੈਦੀ ਗਈ, ਮੈਂ ਦੇਖੀ ਫੁਕੋਈ ਕੋਈ ਨਹੀਂ, ਅਤੇ ਇਨਸਾਨ ਹੀ ਨਾ ਵੀ, ਅਸ ਇਨਸਾਨੀਅਤ ਕਿੱਥੇ? ਮੈਂ ਪੁੱਛਣਾ ਚਾਹੁੰਦਾ, ਔਰ ਕਿਸੇ ਸੀਟ ਵਗਿਆ, ਨੱਕ ਵਗਿਆ, ਬੁਖਾਰ ਚੜਿਆ, ਉਸੇ ਕਰੋਨਾ, ਉਹ ਬਚਿਆ ਨਹੀਂ। ਜੇ ਚੁੱਪ ਕਰੀਏ ਘਰ ਬਣੀਏ ਬਹੀ ਆ ਅਤੇ ਬਚੀ ਆ, ਜੇ ਪੁੱਤਰ ਹਸਪਤਾਲ ਦੇ ਲਾਗੇ ਬੰਨੇ ਛੋਈ ਆ, ਇਹਨੇ ਆਖਿਆ ਪੁੱਤਰ ਹੁਣ ਤੀ ਛੋੜਨਾ ਨਹੀਂ। ਔਰ ਇਹਦੇ ਕੰਨੇ ਸੁਣੀ ਲਾ ਕਰੋ ਗੱਲ, ਮੈਂ ਸਾਰੀਆਂ ਗੱਲਾਂ ਯਾਦ ਨਹੀਂ, ਮੈਂ ਬੁੱਢਾ ਆਦਮੀ ਹਾਂ, ਤੁਹਾਨੂੰ ਧਿਆਨ ਕਰੋ, ਤੂੰ ਯਾਦ ਜਿਵੇਂ ਭੁੱਲੀ ਹੈਗਾ ਯਾਦ ਕਰ ਰਹੇ ਹੋ। ਅਤੇ ਮੇਰੇ ਗੱਲਾਂ ਦਾ ਮਕਸਦ ਇਹ ਹੈ, ਕਰੋਨਾ ਦੇ ਅੰਦਰ ਹਜ਼ਾਰਾਂ ਮਜ਼ਦੂਰ ਚਲਦੇ ਪੈਦਲ ਆਏ, ਔਰ ਕਈ ਰਸਤੇ 'ਚ ਮਰੀਏ, ਕੌਣ ਜ਼ਿੰਮੇਵਾਰ ਹੈ? ਜੇ ਜਾਨਵਰ ਰਸਤੇ ਪੈਦੇ ਨਾ ਮਰੇ ਦੇ, ਕੀੜੇ ਪੈਦੇ, ਇਹ ਸਾਡੇ ਮੁਲਕ ਨੇ ਇਹ ਹਾਲ ਕੀਤਾ ਨਾ। ਉਹ ਬੱਚੇ ਜਿਹੜੇ ਬਜ਼ੁਰਗ ਸਾਡੇ ਯੂਪੀ ਦੇ, ਪੰਜਾਬ ਦੇ, ਉਹਦੇ ਕਾਨੂੰਨ ਖਿਲਾਫ ਦੇ ਲੜਾਈ ਲੜਾ ਰਹੇ, ਕਿਸਾਨਾਂ ਦੇ ਹੱਕ 'ਚ 700 ਬੰਦਾ ਮਰਿਆ ਕਰੋਨਾ 'ਚ ਉੱਥੇ ਉਹਦੇ ਬੈਠੇ ਦੇ, ਔਰ ਕਿੱਲੇ ਲਾਏ ਦੇ ਟੇਡੇ ਪੱਡੇ ਕ੍ਰਾਸ ਨਹੀਂ ਕਰ ਰਹੇ, ਇਹ ਬਾਰਡਰ ਹੈ। ਕਿਸਾਨ ਆਪਣੀ ਖੇਤੀ ਜਿਹੜਾ ਦੁਨੀਆ ਆਏ ਰਾਸ਼ਨ ਵੰਡਾ ਦੇ, ਕਿਹਦਾ ਵੰਡਾ ਦਿਓ? ਇਹਦੇ ਕੋਲ ਸਾਰੇ ਕੋਲ ਕਨਾਲ ਪੈਲੀ ਨਹੀਂ, ਹਲ ਕਦੇ ਪਾਈ ਨਹੀਂ, ਇਹਨੇ ਪੁੱਛੋ ਟੱਗਾ ਪੁੱਠੀ ਨਾਲੀਆਂ ਨਾਲ ਕੀ ਹੁੰਦਾ, ਅਤੇ ਵੱਡੇ ਖੁਰ ਵਾਲਾ ਕੀ ਹੁੰਦਾ, ਅਤੇ ਵੱਡੇ ਟੋਰ ਵਾਲਾ ਕੀ ਹੁੰਦਾ, ਪੁੱਛ ਹੈ। ਹੁਣ ਸੁਣੋ ਮੇਰੀ ਗੱਲ, ਚਲ ਟੱਗਾ ਬੱਚਾ ਪਾਲੀਏ, ਜਵਾਨ ਹੋਈ ਜਾਂਦਾ ਥੋੜ੍ਹਾ ਜਿਹਾ, ਜਦੋਂ ਅਸੀਂ ਜੱਕਾ ਲੱਗੀ ਜਾਂਦਾ ਇੱਕ, ਤਾਂ ਉਸਨੇ ਬੱਚ ਲਾੜੀ ਆਦੀ ਘਰੇ ਵਾਲੀ, ਸੁਣਿਓ ਐਂ ਕੀ ਹੈ, ਉਹਨੇ ਸੁੱਕਾ ਦਾ ਹੈ। ਅੱਛਾ, ਉਹ ਫਿਰ ਲਿਆਂਦਾ ਹੀ ਨਾ ਕੋਈ ਬੰਦਾ ਬੜੀ ਸਿਆਣਾ, ਕੁਦਰ ਗਿਆ ਪਣਤੋਰ, ਸਿਆਣਾ ਫੜੀ ਲਿਆਂਦਾ, ਉਹਨੇ ਕਿਹਾ ਟੱਕ ਇਹ ਹੁਣ ਸੁੱਕਾ ਦਾ, ਕਹਿੰਦਾ ਕੋਈ ਨਹੀਂ, ਜਾ ਸੂਗਾ ਅਤੇ ਤਗਾ ਲਿਆ, ਵੱਡਾ ਸੂਗਾ
ਸੇਬਾ ਲਿਆ, ਲੈ ਚਾਰ ਮੁੜੇ ਲਿਆ, ਅਸੀਂ ਟਕੇ ਫੜਦੇ ਟਾਂਦੇ ਥੱਲੇ ਲੰਮਾ ਪਾਉਂਦੇ, ਫਿਰ ਨਾਸੀ ਥੋਦੇ ਸੂਆ ਤੇ ਦੂਏ ਪਾਸੇ ਪਾਉਂਦੇ ਪਾਉਂਦੇ ਕੇ ਤੇ ਠੋਕਣਾ ਨੱਥ ਇਹ ਹੁਣ ਧੱਕਾ ਸੌਂਕਾ ਮਾਰਨ, ਇਹ ਬੜੀਆਂ ਸੌਂਕਣ, ਇਹ ਨੱਥ ਪਾਈਏ ਤੇ ਖੁੰਡੀ ਬਣੀ ਲੋ ਤੇ ਹੁਣ ਇਸੀ ਰੋ ਇਸੀ ਪਾਣਾ ਵੀ ਕੱਖ ਨੀ, ਬੜੀ ਟੱਕਰਾਂ ਮਾਰੀਆਂ ਹੁਣ ਨੀ ਪਾਣਾ, ਠੀਕ ਹੈ? ਇਹ ਮੇਰੀ ਗੱਲਾਂ ਯਾਦ ਰੱਖਣੀਆਂ। ਚੰਦਰੇ ਨੂੰ ਪੁੱਛੀਏ, ਇਹਨਾਂ ਫੋਟੋ ਦੇ ਦੇ, ਚੰਦਰਮੇ ਦੀਆਂ ਫੋਟੋ ਦੱਸ ਦੇ, ਇਹਨੇ ਇਹਦੇ ਇਹਨੇ ਕਸਮ ਦਵਾਉਣੀ ਵੀ ਜਿਹੜੀ ਫੋਟੋ ਦੇ ਉੱਪਰ ਦੱਸੀ ਉਹ ਫੋਟੋ ਪਾਕਿਆ ਉੱਪਰ ਦੀ, ਪੁੱਛਿਓ ਕਦੇ ਅਗੋ ਤੁਹਾਡਾ ਬੇੜਾ ਕਰਕੇ ਤੁਸੀਂ ਝੂਠ ਬੋਲੋ, ਉਹ ਫੋਟੋ ਉੱਥੋਂ ਦੀ ਫੋਟੋ ਨਹੀਂ ਹੈ, ਉਹ ਸਭ ਆਰਟੀਫਿਸ਼ਲ ਪ੍ਰੋਗਰਾਮ ਹੈ। ਇਹ ਕਦੀ ਪੁੱਛੀ ਦੇਖਿਓ ਕਿਸੇ ਪੜ੍ਹੇ ਲਿਖੇ ਗੀ, ਉਹ ਕੋਈ ਚੰਦਰਮਾ ਚੰਦਰਮਾ ਨਹੀਂ ਹੈ ਗਏ ਉੱਥੇ, ਔਰ ਉੱਥੇ ਗਏ ਜਿਹੜੇ ਕੋਈ ਬੰਦੇ ਗਏ ਨਾ, ਹੈਂਜੀ ਕੈਮਰਾ ਕੋਈ ਚੁੱਕੇ ਦਾ ਫੋਟੋ ਖਿੱਚਣ ਵਾਸਤੇ, ਕਿਆ ਉਹ ਅਸੀਂ ਵੀ ਲੋਕ ਹੀ ਮਾਰੋ, ਬੜੀ ਤਰੱਕੀ ਹੋਈ ਹੈ ਚੰਦਰਮੇ ਚੜ੍ਹੀਏ, ਸਾਲੇ ਤੁਰਨਾ ਦਾ ਨਾਲਾ ਟਪੋਗਾ ਨੀ ਚੰਦਰਮੇ। ਸੜਕ ਕੇ ਕਸੂਰ ਹੈ, ਮੈਂ ਪੁੱਛਣਾ ਚਾਹੁੰਦਾ ਤੁਸੀਂ ਲੋਕੇ ਕੀ ਭਾਵ ਖੱਟਿਆ, ਕਠੂਆ ਨੇ ਕੀ ਭਾਵ ਖੱਟਿਆ, ਹਿੰਦੁਸਤਾਨ ਦੇ ਲੋਕੇ ਕੀ ਭਾਵ ਖੱਟਿਆ, ਅਸ ਤੇ ਰੋਜ਼ ਜਾਣੇ ਵਾਲੇ ਬੰਦੇ ਹਾਂ, ਜੰਮੂ ਕਠੂਆ ਪੌਣਾ ਘੰਟਾ ਲੱਗਦਾ, ਹਾਂ ਸਾਢੇ ਤਿੰਨ ਘੰਟੇ ਲੱਗਦੇ ਨੇ, ਗੱਡੀਆਂ ਉੱਠ ਰਹੀਆਂ ਹਨ, ਲੋਕ ਉੱਠ ਰਹੀ ਹਨ, ਕਿੰਨੇ ਬਸ਼ਰਮ ਨੇ ਵੀ ਖੱਟੇ 'ਚ ਲੁੱਕ ਪੈਣੋ, ਇੰਨੀ ਅਰੀ ਕੀ ਤਕਲੀਫ ਹੈ, ਤੁਸੀਂ ਸਾਰਾ ਜਿੰਨਾ ਸੜੀਆ ਸਾਰਾ ਭੰਨੀ ਭੁੰਨੀ ਵੇਚਿਆ ਜੰਮੂ ਦਾ, ਜਿੰਨਾ ਕਰੋੜੇ ਰੁਪਏ ਦਾ ਵੇਚਿਆ, ਕਮ ਸੇ ਕਮ ਇੰਨਾ ਅੱਧਾ ਕਿਲੋਮੀਟਰ ਦਵਾਈ ਹੋਣਾ, ਉੱਥੇ ਆਉਣਾ ਉੱਥੇ ਰਾਜੀਵ ਕਹਿੰਦੇ ਹਿੰਦੀ ਲਾਂਗ ਦਵਾਈ, ਰਾਜੀਵ ਦਾ ਕ੍ਰੈਸ਼ਰ ਹੈ ਨਾ ਉੱਥੇ, ਉਹਨੇ ਕਿਹਾ ਸਾਰਾ ਇਹਦਾ ਖਤਮ ਕਰਨਾ, ਰਾਜੀਵ ਦਾ ਕ੍ਰੈਸ਼ਰ ਖਤਮ ਕੀਤਾ ਉਹਦੇ ਅੱਗੋਂ, ਇਹਨੇ ਬੜੀ ਦਿੱਤੀ ਉਹ ਉਹਨੇ ਕਿ ਬੜੀ ਖੁਰਕੀਣਾ ਹੈ, ਇਹਦੇ ਕੋਲ ਹੀ ਜਾਣਾ ਹੈ, ਹੈ ਖੋਲੇ ਕਰੀ ਰੱਖੀ ਤੇ ਉਹਦੀ ਜਾਓ ਇੱਕ ਮੁੱਠ ਰੇਤ ਨਹੀਂ ਰੋਣਤੀ, ਸਾਰਾ ਟਰੱਕ ਗੱਡੀ ਚਾੜੀ ਔਰ ਧੂਮ ਤੋਂ ਖੜਪਾਏ ਰੱਖਿਆ, ਲੋਕਾਂ ਦੇ ਦੁਕਾਨਾਂ ਬੰਨੀਆਂ, ਲੋਕਾਂ ਦੇ ਮਕਾਨ ਬੰਨੇ, ਮਿਗੀ ਦੱਸੋ ਜਿਸਦਾ ਕਾਰੋਬਾਰ ਭੱਜੀ ਆ ਉਸ ਬੰਦੇ ਨੇ ਰੋਟੀ ਕਿੱਥੋਂ ਕਮਾਉਣੀ ਹੈ, ਸਰਕਾਰ ਕੀ ਨਹੀਂ ਸਰਕਾਰ ਹੈ, ਜ਼ਰਾ ਫਿਕਰ ਨਹੀਂ ਹੈ ਵੀ ਅਗਰ ਇਸ ਦੁਕਾਨਦਾਰ ਦੀ ਦੁਕਾਨ 'ਤੇ ਪਿੱਛੇ ਕਰਦੇ ਹੋ, ਇਹਦਾ ਮੁਆਵਜ਼ੇ ਕਰਨਾ ਕੋਈ ਮਤਲਬ ਨਹੀਂ ਹੈ, ਇਹਦਾ ਸਾਰਾ ਮਤਲਬ ਹੈ ਇਹਦੀ ਰੋਟੀ ਕਿੱਥੋਂ ਮਿਲਣੀ ਹੈ, ਪੈਸਾ ਮੁਆਵਜ਼ਾ ਕੱਲ ਮੁਕੀਨ ਦਾ, ਕਾਰੋਬਾਰ ਚੱਲਦਾ ਕਿੱਥੋਂ ਕਰਨਾ, ਜ਼ਮੀਨ ਖੋਲ੍ਹੀ ਕਿਸਾਨੇ ਦੀ, ਜ਼ਮੀਨ ਕਿਸਾਨੇ ਦੀ ਖੋਹ ਲਈ ਅਤੇ ਤੁਸੀਂ ਕੀ ਸੋਚਦੇ ਹੋ ਕਿਸਾਨੇ ਦੀ ਜ਼ਮੀਨ ਖੋਹੀਏ ਅਤੇ ਤੁਸੀਂ ਰੋਟੀ ਇਹਦੇ ਪੈਸੇ ਦੱਸਿਆ 1 ਕਰੋੜ ਰੁਪਇਆ 2 ਕਰੋੜ ਰੁਪਇਆ, ਇਹ ਵੀ ਅਸੀਂ 2006 'ਚ ਕਾਨੂੰਨ ਬਣਾਇਆ ਹਾਂ ਕਿ ਜਿਹੜੀ ਜ਼ਮੀਨ ਜ਼ਿਮੀਦਾਰੀ ਦੀ ਗਰਾਈ ਦੀ ਹੋਊ ਸੀ 4 ਗੁਣਾ ਪੈਸੇ ਮਿਲਣਗੇ, ਇਹ ਅਸਾਂ ਬਣਾਇਆ 2006 ਦਾ, ਇਹਨਾਂ ਕੱਖ ਨਹੀਂ ਬਣਾਇਆ ਦਾ, ਇਹਨਾਂ ਕੁਛ ਨਹੀਂ ਬਣਾਇਆ ਦਾ, ਜ਼ੂ ਮੈਂ ਬਣਾਇਆ ਦਾ ਅਤੇ ਫੀਤੇ ਘੱਟਾ ਦੇ, ਮਹਾਰਾਜ ਗੁਲਾਬ ਸਿੰਘ ਦਾ ਸਟੈਚੂ ਮੈਂ ਬਣਾਇਆ 75 ਲੱਖ ਰੁਪਏ ਦਾ ਫੀਤੇ ਘੱਟਾ ਦੇ, ਪੁਲ ਮੈਂ ਬਣਾਇਆ ਹੈ ਬਸੋਲੀ ਦਾ ਫੀਤੇ ਨਾ ਘੱਟੇ, ਮੈਂ ਇਹ ਏਮਸ ਬਣਾਇਆ ਮੈਂ ਪਹਿਲੇ ਨਾ ਪੱਥਰ ਰੱਖਿਆ, ਸੁਣੋ ਪੱਥਰ ਰੱਖਿਆ ਅਤੇ ਬਸੋਲੀ ਦੇ 3 ਵੈਂਟੀਲੇਟਰ ਮੈਂ ਉੱਥੇ ਦਿੱਤੇ ਦੇ ਵਿਚਾਰੇ ਆਪਣੇ ਮਿਨਿਸਟਰ ਦਿੱਤੇ, ਆਪਣਾ ਅਲੱਗ ਹੈ ਮਾਡਲ ਹਸਪਤਾਲ ਹੈ, ਉਹ ਮੋਦੀ ਸਾਹਿਬ ਆਏ ਅਤੇ ਉਹਨਾਂ ਉੱਥੇ ਜਦੋਂ ਆਉਣਾ ਹੁੰਦੇ ਕਹਿੰਦੇ ਕਿ ਵੈਂਟੀਲੇਟਰ ਵੀ ਚੱਲਦੇ ਨੇ, ਕਹਿੰਦੇ ਬੜਬੜੀਆਂ ਉਹ ਚੱਲਦੀਆਂ ਗੱਡੀਆਂ ਤਾਂ ਕਿ ਕੋਈ ਪ੍ਰੋਬਲਮ ਹੋਈ ਜਾਵੇ, ਫਟਾਫਟ ਵੈਂਟੀਲੇਟਰ ਲੱਗੀ ਆ, ਉਹ ਫਿਰ
ਵੈਂਟੀਲੇਟਰ ਤਰੇ ਚੁੱਕੇ ਕਿੱਥੋਂ? ਨੋਟ ਕਰੋ, ਮੈਡੀਕਲ ਕਾਲਜ ਜੰਮੂ ਕਿੰਨਾ ਲੱਗ ਗਿਆ? ਉੱਥੋਂ ਨਹੀਂ ਚੁੱਕੇ, ਬਸੋਲੀਆਂ ਚੁੱਕੇ, ਵਾਪਸ ਨਹੀਂ ਦਿੱਤੇ। ਉਹ ਵਾਪਸ ਨਹੀਂ ਦਿੱਤੇ ਔਰ ਹੁਣ ਉਹਦਾ ਉਦਘਾਟਨ ਵੀ ਕਰ ਉੜਿਆ, ਲੇਕਿਨ ਉਹਦੇ ਵਾਪਸ ਨਹੀਂ ਦਿੱਤੇ। ਇਹ ਸਾਡੇ ਲੋਕਾਂ ਦੀ ਹਾਲਤ ਹੈ, ਇਹ ਪੁਜੀਸ਼ਨ ਹੈ। ਔਰ ਦੂਆ ਨੰਬਰ, ਉਦਘਾਟਨ ਪ੍ਰਾਈਮ ਮਿਨਿਸਟਰ ਸਾਹਿਬ ਨੇ ਕੀਤੇ ਦਾ ਹੋਇਆ, ਕਿੰਨੇ ਅਫਸੋਸ ਦੀ ਗੱਲ ਹੈ। ਉਹ ਚਲਾ ਬੰਦ ਹੈ, ਜਾ ਪਤਾ ਕਰੋ, ਨਹੀਂ ਚਲਾਦਾ। ਇੱਕੋ ਪੋਸਟ ਨਿਕਲੀ, ਬਾਕੀ ਪੋਸਟਾਂ ਨਿਕਲੀਆਂ ਨਹੀਂ। ਉਹ ਤੁਸੀਂ ਦੇਖੀ ਨਹੀਂ, ਪੋਸਟ ਆਈ ਸੀ ਇੱਕ ਡੈਂਟਿਸਟ ਦੀ, ਚੂਣ ਹੀ ਕਰਦਾ ਚੱਲੇ ਐਮ ਪੀ ਆ, ਬੜੀਆਂ ਫੁਰਤੀਆਂ ਹੈ। ਇੱਕ ਵਾਰੀ ਹੁਣ ਕਲਾਇਆ ਬੜਾ ਕੁਛ ਪਾਰਲੀਮੈਂਟ ਚ, ਕਿ ਜਿਹੜੀ ਸਟੇਟ ਹੈ ਉਹ ਦੇਸ਼ ਦੇ ਖਿਲਾਫ ਚਲਦੀ ਹੈ, ਉਹਨੇ ਕੀ ਦੋ ਦੋ ਯੂਨੀਵਰਸਿਟੀਆਂ, ਔਰ ਜਿਹੜੀ ਸਟੇਟ ਦੇਸ਼ ਭਗਤ ਹੈ ਹਿਮਾਚਲ ਦੀ ਗੱਲ ਕਰਨਾ, ਇਸੀ ਬਾਰੇ ਕੋਈ ਯੂਨੀਵਰਸਿਟੀ ਨਹੀਂ। ਕੌਣ ਬੋਲਿਆ? ਉਹਦਾ ਬੜੀ ਪਗੜੀ ਪਾਈ ਫਿਰਿਆ ਸੀ, ਉਸੇ ਪੁੱਛੋ ਫਿਰ ਉਹਦੀ ਫਿਰ ਆਖਿਆ, ਜਿਹੜਾ ਆਖਿਆ ਮੇਰਾ ਇਲਾਕਾ ਇੱਕ ਪਾਸੇ ਪਾਕਿਸਤਾਨ ਕਹਿੰਦੇ ਉਹ ਆਖਿਆ, ਤਾਂ ਦੂਜੇ ਪਾਸੇ ਚੀਨ ਕਹਿੰਦੇ। ਜਿਹੜੇ ਬੋਲੀ ਬੈਠਾ, ਮੈਂ ਪਰਚੀ ਦਿੱਤੀ, ਉਹਦੀ ਵੀ ਸਪੀਚ ਹੈ ਮੇਰੀ ਵੀ ਹੈ, ਮੈਂ ਪਰਚੀ ਦਿੱਤੀ। ਇਸ ਕਰੀਏ ਬੰਦਾ ਆਪਣਾ ਬੈਠੇ ਦਾ ਠਿਕਾਣੇ ਤਾਂ ਠਿਕਾਣੇ ਲਾਉਂਦਾ ਅਗਲੀ ਬਹਿਣ ਜੇ ਬਕਵਾਸ ਕਰਦਾ ਹੋਏ। ਮੈਂ ਉੱਠਿਆ, ਮੈਂ ਸਪੀਕਰ ਸਾਹਿਬ ਕਰਦਾ ਬੋਲੋ, ਮੈਂ ਕਿਹਾ ਸਭਸੇ ਪਹਿਲੇ ਮੈਂ ਇਸ ਮੰਤਰੀ ਕਾ, ਇਹ ਜੋ ਮੈਂਬਰ ਹੈ ਐਮ ਐਲ ਏ, ਮੈਂ ਇਸਕਾ ਜੋਗ੍ਰਾਫੀਆ ਠੀਕ ਕਰਨਾ ਚਾਹਤਾ ਹੂੰ, ਇਸਕਾ ਨਾਲੇ ਬਣਾਉਣਾ ਚਾਹਤਾ ਹੂੰ। ਭਾਈ ਤੇਰੇ ਸੇ ਪਾਕਿਸਤਾਨ ਕਹਾਂ ਲੱਗਤਾ ਹੈ? ਹਿਮਾਚਲ ਕਾ ਸਭ ਤੋਂ ਪਾਕਿਸਤਾਨ ਲੱਗਤਾ ਨਹੀਂ ਹੈ, ਤੂੰ ਕਿਸਕੋ ਬੇਵਕੂਫ ਬਣਾ ਰਿਹਾ ਇੱਧਰ? ਪਾਕਿਸਤਾਨ ਲੱਗਦਾ ਮੇਰੇ ਕਹਿੰਦੇ, ਮੇਰੀ ਕੰਸਟੀਟਿਊਸੀ ਕਹਿੰਦੇ, ਤੇਰੇ ਕਿੱਥੇ ਪਾਕਿਸਤਾਨ ਲੱਗੀ ਆ? ਤੇਰੇ ਬਾਅਦ ਜਾਈ ਜਾਂਦਾ ਪੰਜਾਬ 'ਚ, ਤੂੰ ਕਿੱਥੋਂ ਆਈ ਹੈ ਵਿੱਚ? ਮੈਂ ਕਿਹਾ ਭਾਈ ਸਾਹਿਬ ਇੱਕ ਗੱਲ, ਦੂਈ ਤੂੰ ਗਲਾਣਾ ਜਿਹੜੀ ਸਟੇਟ ਦੇਸ਼ ਦੇ ਖਿਲਾਫ ਉਗਰਵਾਦੀ, ਮਤਲਬ ਮੈਂ ਕਿਹਾ ਸੁਣ, ਇੱਕ ਤਾਂ ਸਾਰੇ ਉਗਰਵਾਦੀ ਨਹੀਂ, ਔਰ ਜੋ ਸਾਡੀ ਸਟੇਟ ਦੇ ਹਾਲਾਤ ਹਨ ਉਹਦੇ ਵਾਸਤੇ ਦੋ ਯੂਨੀਵਰਸਿਟੀਆਂ ਰਾਜਮੀਨ, ਜੰਮੂ ਕੀ ਵੱਖਰੀ ਚਾਹੀਦੀ, ਕਸ਼ਮੀਰ ਕੀ ਵੱਖਰੀ ਚਾਹੀਦੀ, ਲੇਕਿਨ ਨੋਟ ਕਰ, ਮੈਂ ਤੇਰੇ ਖਿਲਾਫ਼, ਤੁਹਾਡੀ ਸਟੇਟ ਦੇ ਖਿਲਾਫ਼ ਨਹੀਂ ਬੋਲਣਾ ਚਾਹੁੰਦਾ। ਐਮ ਪੀ ਵਿੱਚ ਹੁੰਦੇ ਨਾ, ਅਰੇ ਕਿਉਂ ਭਾਈ? ਇਸ ਲਈ ਹਮਾਰੀ ਇਨਸੇ ਰਿਸ਼ਤੇਦਾਰੀ ਹੈ। ਉਹਨੇ ਕਿਉਂ ਕਿਆ ਰਿਸ਼ਤੇਦਾਰੀ? ਮੈਂ ਮੇਰੇ ਮਹਾਰਾਜਾ ਨੇ ਇਨਕੇ ਹੀ ਵਹਾਂ ਸ਼ਾਦੀ ਕੀ ਹੈ, ਔਰ ਹਮਾਰੇ ਬੜੇ ਸਵੀਟ ਰਿਲੇਸ਼ਨ ਹੈ। ਪੁੱਛਿਓ ਸੀ, ਮੈਂ ਕਿਹਾ ਹਮਾਰੇ ਬੜੇ ਸਵੀਟ ਰਿਲੇਸ਼ਨ ਹੈ, ਹੈ ਕਿ ਸਾਲਾ ਲਿਖਤਾ? ਮੈਂ ਪੁੱਛ ਲਓ, ਅੱਜ ਇੱਥੇ ਫੁਰਤੀਆਂ ਮਾਰੇ, ਤੁਸੀਂ ਕੱਲ੍ਹ ਜੰਮੇ ਹੋ ਸਾਡੇ ਕੋਲ ਨਿੱਕੇ, ਫਿਰ ਬਾਹਰ ਆਇਆ ਮੇਰੇ ਗੋਡਿਆਂ ਹੱਥ ਲਾਇਆ, ਕੱਲ੍ਹ ਆਖਿਆ ਮੈਂ ਨਹੀਂ ਦੇਖਿਆ 10 ਸਾਲ ਗਾੜੀ ਕੋਈ ਨੰਬਰ ਨਹੀਂ ਲੱਗਾ, ਤੂੰ ਲਾਉਣਾ? ਪੁੱਛਾਂ ਮਿਗੀ, ਬੜਾ ਕਾਨੂੰਨ ਸਿਖਾ ਦਿਓ, ਤੁਹਾਡੇ ਕੋਲ ਜ਼ਿਆਦਾ ਕਾਨੂੰਨ ਜਾਣਦਾ ਮੈਂ। ਤੁਸੀਂ ਲੋਕ ਫੁਰਤੀਆਂ ਮਾਰੇ, ਮੂੰਹ 'ਚ ਚੌਲ ਆਈਏ, ਚੱਪੜ ਚੱਪੜ ਹੋਦਾ ਹੈ, ਸੁੱਕੇ ਕੋਈ ਬੰਦਾ ਸੁੱਕੇ ਹੋਣਾ ਕਿ ਮੁੱਕੇ ਖਾਣਾ, ਮੈਂ ਛੋਲੇ ਖਾਣਾ, ਐਂ ਮੂੰਹ ਖੋਲ, ਮੂੰਹ ਖੋਲਿਆ ਕੱਖ ਵੀ ਨਹੀਂ, ਮੈਂ ਕੱਖ ਵੀ ਨਹੀਂ, ਐਂ ਸਪੋਜ ਕੀਤੇ ਦਾ ਉਹ ਸਾਲੇ ਗੁਲਾਬ ਜਾਮੁਨ ਸਪੋਜ ਕਰ, ਤੂੰ ਕਿੱਥੇ ਛੋਲੇ? ਔਰ ਦੇ ਭਰਾ ਮੇਰੇ, ਉਹ ਤੁਹਾਡੇ ਕਹਿੰਦੇ ਜਾਣ ਦਾ ਮਨ ਨਹੀਂ ਕਰਿਆ, ਤੁਹਾਨੂੰ ਬੜੀ ਗੱਲਾਂ ਸੁਣਾਉਣਾ ਚਾਹੁੰਦਾ ਮੈਂ, ਤੁਹਾਡੇ ਖਤਰੇ ਸੁਣਾਉਣਾ ਚਾਹੁੰਦਾ, ਔਰ ਅਸੀਂ ਰੋਕਣੇ ਵਾਸਤੇ ਵੀ ਸੁਣਾਉਣਾ ਚਾਹੁੰਦਾ, ਲੇਕਿਨ ਸਮੇਂ ਨਹੀਂ ਹੈ। ਮੈਂ ਇਲੈਕਸ਼ਨ ਜਿੱਤੇ ਬਾਅਦ ਤੁਹਾਡੇ ਵਿਆਹ ਕਹਿੰਦੇ, ਤੁਸੀਂ ਵੀ ਜਿਤਾਉਣਾ ਹੈ, ਮੈਨੂੰ ਪੂਰਾ ਯਕੀਨ ਹੈ, ਭਰੋਸਾ, ਔਰ ਸਾਰਿਆਂ ਤੁਸੀਂ ਮੈਨੂੰ ਵੋਟ ਦੇ ਦੇਣ, ਔਰ ਜਿੱਤੀਏ ਇਸੇ ਥੜੇ ਬਰਾਂਗ ਦੁਆਰਾ। ਮੇਰੀ ਆਦਤ ਹੈ, ਮੈਂ ਆਮ ਮੈਂ ਮਿਨਿਸਟਰ ਬਣੀ ਵੀ ਆਇਆ, ਮੈਂ ਐਮ ਪੀ ਬਣੀ ਵੀ ਆਇਆ, ਮੈਂ ਦੁਆਰਾ ਆਮ ਇੱਥੇ ਆਈਏ, ਤੁਹਾਡੀਆਂ ਗੱਲਾਂ ਸੁਣ, ਤੁਹਾਡੀਆਂ ਗੱਲਾਂ ਨੋਟ ਕਰ,
ਜਿਹੜੀ ਮੇਰੇ ਕੋਲ ਆਉਂਦੀਆਂ ਹੁਣ ਕਰਗਾ, ਜਿਹੜੀ ਨਹੀਂ ਹੁੰਦੀ ਉੱਥੇ ਲੜਗਾ, ਲੇਕਿਨ ਚੁੱਪੜੀ ਰੋਗਾਂ ਤੁਹਾਡੇ ਵਾਸਤੇ ਗੱਲ ਯਾਦ ਰੱਖਿਓ। ਹੁਣ ਤੁਹਾਡਾ ਅਗਰ ਉਹ ਗਲਾਦਾ ਨੀ ਜਿਹਦੀ ਮੈਂ ਗੱਲ ਕਰਦਾ, ਉਹ ਆਖਦਾ ਕਿ ਅਭੀ ਜੇਲ ਸੇ ਛੂਟੇ ਹੈ, ਕਤਲ ਕਰੀਏ ਗਿਆ ਹਮੇ, ਪੰਜ ਕਤਲ ਇਹਦੇ ਕੀਤੇ, ਦਸ ਕੁਸੇ ਕੀਤੇ, ਹਾਂਜੀ ਕਤਲ ਕਰੀਏ ਦਾ। ਮੇਰੇ ਕੋਲ ਮਰਨ ਤੋਂ ਸਕੂਲ ਹੈ, ਠੇਕਾ ਤੁਹਾਡੇ ਲੇਖਾ ਸ਼ਰਾਬੇ ਦਾ ਨਹੀਂ ਹੈ, ਤੁਹਾਡੇ ਲੇਖਾ ਕੋਈ ਕਾਰਖਾਨਾ ਨਜਾਇਜ਼ ਨਹੀਂ ਹੈ, ਤੁਹਾਡੇ ਜਿਹੜੇ ਕੰਮ ਨੇ ਪੁੱਤਰੋ ਕਰਤੂਤਾਂ ਨੂੰ ਮੈਂ ਸੁਣਾਉਣਾ, ਤੁਸੀਂ ਪਾਗਲ ਹੀ ਜਾਓ, ਮੈਂ ਨਹੀਂ, ਮੈਂ ਗੰਦੇ ਕੰਮ ਨਹੀਂ ਕਰਦਾ। ਐਂ ਗੇ ਜੇਲ ਸੇ ਛੁੱਟੇ ਦੁਆਰਾ ਚਲੇ ਜਾਏਂਗੇ। ਪੁੱਤਰ ਦੇਸ਼ ਵਾਸਤੇ ਭਗਤ ਸਿੰਘ ਨੇ ਫਾਂਸੀ ਵੀ ਲਾਈ, ਭਗਤ ਸਿੰਘ ਜੀ ਨੇ ਫਾਂਸੀ ਲਾਈ ਆਪਣੇ ਆਪ ਕੀ, ਚੌਧਰੀ ਲਾਲ ਸਿੰਘ ਅਗਰ ਕਿਤੇ ਫਾਂਸੀ ਵੀ ਟਵਾਉਣੇ ਪਓ ਲੋਕਾਂ ਵਾਸਤੇ, ਆਈ ਐਮ ਰੈਡੀ ਟੂ ਫਾਈਟ ਫਾਰ ਦਿਸ। ਅਸੀਂ ਨਹੀਂ ਸੋਚਿਆ, ਅਸੀਂ ਅਗਰ ਵੀ ਬਗਾਨੇ ਸਿਰਫ ਬਗਾਨੇ ਜਾਗਤ ਲਈਏ, ਬਗਾਨੇ ਗੁਆਂਢ 'ਚ ਉਹਦਾ ਭਗਤ ਸਿੰਘ ਪੈਦਾ ਹੋਇਆ, ਅਸੀਂ ਆਪਣੇ ਬੰਦੇ ਵੀ ਲੈਂਦੇ, ਉਹ ਮੇਰਾ ਪੁੱਤਰ ਵੀ ਵਿੱਚ ਫੋਟੋ ਖਿੱਚਾਦਾ, ਕੋਈ ਫੋਟੋਗ੍ਰਾਫਰ ਥੋੜ੍ਹੀ ਹੈ, ਪੜ੍ਹੇ ਲਿਖੇ ਇੰਜੀਨੀਅਰ ਹੈ, ਇਜ਼ ਫਾਈਟਿੰਗ ਫਾਰ ਯੂ ਫਾਈਟਿੰਗ ਫਾਰ ਮੀ। ਕਿਆ ਬਾਤ ਕਰ ਲਓ, ਜਿੰਨੀਆਂ ਸਾਰੀਆਂ ਤੁਸੀਂ ਦੇਖਦੇ ਹੋ ਮਿਗੀ ਛਿੜਕਾਉਣੇ 'ਚ ਇਹਦਾ ਰੋਲ ਹੈ, ਇਹ ਵਕੀਲੀ ਹੈ, ਲੇਕਿਨ ਇਹ ਵਕੀਲੇ ਕਹਿੰਦਾ ਰਹੀ ਰਹੀ ਸਾਰਾ ਕਰੀਏ, ਇੱਕ ਇੱਕ ਦਿਨ ਚੌਵੀ ਚੌਵੀ ਘੰਟੇ, ਇਸੇ ਮੇਰਾ ਸਾਥ ਦਿੱਤਾ, ਇਹਨੇ ਬੱਚੇ ਔਰ ਇੱਕ ਬੱਚੇ ਨੇ ਮੇਰੀ ਕਸਮ ਚੁੱਕੀ ਸੀ, ਛੁੜਕ ਮੇਰਾ ਪਿਓ ਵਿਚਾਰੇ ਨਿੱਕਾ, ਉਹਨੇ ਸੋਚਿਆ ਖਰੇ ਛੁੜਕਣਾ ਨਹੀਂ ਹੈ, ਮੇਰੀ ਮਾਤਾ ਰਾਣੀ ਆਖਿਆ ਮਾਤਾ ਰਾਣੀ ਨਹੀਂ ਛੁੱਟਣਗੇ, ਛੁੜਾਈੜੋ ਅਤੇ ਮੈਂ ਘਰੋਂ ਪੈਦਲ ਚੱਲ ਗਿਆ ਮਾਤਾ ਰਾਣੀ ਦਾ ਗਾ। ਮੈਂ ਜਦੋਂ ਘਰ ਛੁੱਟ ਕੇ ਆਇਆ, ਮੈਨੂੰ ਤਾਂ ਪਤਾ ਨਹੀਂ ਬਾਹਰ ਕੀ ਕਿਉਂ ਆਇਆ, ਉਹਨੇ ਇਹ ਵੀ ਨਹੀਂ ਪਤਾ ਮੇਰੇ ਕਿਹਨੇ ਕਿਉਂ ਆ, ਮੈਨੂੰ ਪੁੱਛਿਆ ਦੇ ਮੇਰੀ ਇਨਕੁਆਇਰੀ ਉਹ ਦੀ। ਫਿਰ ਰਾਤੀ ਮਿਗੀ ਥਾਣੇ ਲਈ ਦਿੰਦੇ ਰਹੇ, ਅਵਲਾ 'ਚ ਦਿੰਦੇ ਰਹੇ ਰਾਤੀ, ਔਰ ਜਿੱਥੇ ਅਵਲਾਤ ਹੈ, ਗੰਦ ਹੈ, ਕੂੜਾ ਹੈ, ਮਿਗੀ ਸੁਣਾਓ, ਮੈਂ ਅਵਲਾਤ ਦੇ ਕਾਬਲ ਹੈ ਬੰਦਾ, ਤੂੰ ਸਾਰਾ ਮੇਰੀ ਫਾਂਸੀ ਚੜ੍ਹੋ ਚੜ੍ਹਨਾ ਦੇ, ਜੋ ਕਰਨਾ ਮੇਰਾ ਵਿਗਾੜ ਲਓ, ਲੇਕਿਨ ਮੈਂ ਲੋਕਾਂ ਨਹੀਂ ਛੱਡ ਸਕਦਾ, ਤੁਸੀਂ ਲੋਕਾਂ ਦੀ ਜ਼ਮੀਨ ਖੋ ਕੇ ਮੈਂ ਵਾਪਸ ਲੈਣੀ ਆ, ਮੈਂ ਬਣਿਆ ਐਮ ਪੀ, ਮੈਂ ਵਾਂਗ ਤੁਹਾਡੀ ਜ਼ਮੀਨ ਮੈਂ ਚੱਲਣ ਤੁਹਾਡੇ ਕਰਿਆ, ਕਿਹੜਾ ਲੱਗਦਾ ਮੈਂ ਉਸ ਦੇਖਣ, ਮੈਂ ਦੇਖਾ ਸੁਣੋ, ਮੈਂ ਦੇਖਣ ਕਿਹੜੇ ਟਰੈਕਟਰ ਰੁਕਦੇ ਨੇ, ਟਰੈਕਟਰ ਆ ਲਿਓ ਕੋਲ ਖੜੋ, ਜੋ ਦੇਖਿਆ ਜਾਂ ਨਾ ਸਿਰ ਸਾੜੇ ਤੇ ਜਾਂ ਸਿਰ ਹੁੰਦੇ ਨਹੀਂ, ਇਹ ਗੱਲ ਚਲੇਗੀ, ਜੰਮੂ ਕਿੱਠਾ ਹੋਏਗਾ, ਡੁੱਗਰ ਪ੍ਰਦੇਸ਼ ਕਿੱਠਾ ਹੋਏਗਾ, ਇੱਕ ਇੱਕ ਬੱਚਾ ਕਿੱਠਾ ਹੋਏਗਾ, ਇੱਕ ਇੱਟ ਦਾ ਜਵਾਬ ਪੱਥਰ, ਔਰ ਇੱਕ ਇੱਕ ਚੀਜ਼ ਦਾ ਹਿਸਾਬ ਲੱਗੇ ਜਿਹੜਾ ਸਾਡੇ ਲੋਕਾਂ ਨੇ ਜ਼ੁਲਮ ਹੋਇਆ, ਸਾਡੀਆਂ ਤਿਆਰੀਆਂ ਖਰਾਬ ਕੀਤੀਆਂ, ਸਾਡੇ ਵਰਕਰੇ ਦੀਆਂ, ਸਾਡੇ ਲੋਕਾਂ ਦੀਆਂ, ਔਰ ਤੁਸੀਂ ਤਿਆਰੀ, ਉਹਨੇ ਪਤਾ ਕੀ ਗਲਾਇਆ, ਸੁਣੋ ਭਗਵਾਨ ਦੀ ਕਸਮ, ਉਹਨੇ ਕਿਹਾ ਮੈਨੂੰ ਤੋਹਫਾ ਚਾਹੀਏ, ਉਸ ਮਹਿਕਮੇ ਗਲਾਇਆ ਮੈਨੂੰ ਤੋਹਫਾ ਚਾਹੀਏ, ਮੇਰਾ ਉਹ ਹੈ ਜਨਮ ਦਿਨ, ਅੱਜ ਤੋਹਫਾ ਚਾਹੀਏ, ਇਹ ਬੰਦਾ ਅੰਦਰ ਚਾਹੀਏ, ਉਸ ਦਿਨ ਅੰਦਰ ਕੀਤਾ ਮੀਨਾ, ਇਸ ਲਈ ਇਸ ਕਰੀਏ ਮੈਂ ਗਲਾਉਣਾ ਚਾਹੁੰਦਾ, ਅਸੀਂ ਜ਼ਿੰਦਗੀ 'ਚ ਸਾਰੇ ਪਰ ਇਲਜ਼ਾਮ ਲਓ, ਮੈਂ ਸਿਗਰਟ ਨਹੀਂ, ਸ਼ਰਾਬ ਨਹੀਂ, ਚਾਹ ਨਹੀਂ, ਮੀਟ ਨਹੀਂ, ਕੱਖ ਨਹੀਂ ਖਾਣਾ, ਜੰਮਣਾ ਕਿਸੇ ਨੇ ਮਾਂ ਬਣਾਈ ਹੈ ਲੀਡਰ ਜੰਮੇ, ਇਹਨੇ ਸਾਰੇ ਰਾਤੀ ਦੀ ਲੱਤਾਂ ਇੱਧਰ ਉੱਧਰ ਫਿਰਾ ਦਿੰਦੀਆਂ, ਹੈ ਲੋਕੀ ਮਿਲਣਾ ਨਹੀਂ, ਇਹਦੀ ਹਾਲਤ ਕੀ ਹੈ, ਪਰ ਕਰਤੂਤਾਂ ਕਹਿਣ ਮੈਂ ਜਾਣਨਾ, ਦੇਖੋ ਲੋਕ ਸ਼ਰਾਬ ਪੀਣ, ਮੀਟ ਖਾਣ, ਕੋਈ ਮਰਜ਼ੀ ਕਰਨ, ਗਲਤੀ ਵੀ ਕਰਨ ਲੋਕ ਨੇ, ਲੇਕਿਨ ਲੀਡਰ ਦਾ ਕੋਈ ਕੰਮ ਨਹੀਂ ਹੈ, ਲੀਡਰ ਸਾਰਿਆਂ ਕੋਲ ਸਾਫ਼ ਸੁਥਰਾ ਚਾਹੀਦਾ, ਅੱਛਾ ਚਾਹੀਦਾ, ਲੋਕਾਂ ਦੇ ਘਰੇ ਜਾਣਾ, ਧੀਆਂ ਭੈਣਾਂ ਲੋਕਾਂ ਨਾਲ ਵੋਟ ਮੰਗਣੇ ਸਾਡਾ ਟੱਬਰ ਹੈ, ਲੋਕਾਂ ਦੇ ਕੰਮ ਕਰਨੇ ਉਹ ਚਾਹੀਦੀ, ਕੋਈ ਬੰਦਾ ਰਾਤੀ ਬਿਮਾਰ ਹੋਈ ਜਾਂਦਾ ਉਹਦਾ ਇਲਾਜ ਨਹੀਂ ਹੁੰਦਾ, ਕਿਹਦੇ ਕੋਲ ਜਾਂਦਾ, ਉਹ ਆਪਣੇ ਲੀਡਰ ਕੀ ਫੋਨ ਕਰਦਾ, ਲੀਡਰ ਨੇ ਪੀਤੀ ਦੀ ਹੋਇਆ ਕੌਣ ਫੋਨ ਚੁੱਕ, ਕੌਣ ਗੱਲ ਕਰੇ, ਇਸ ਕਰੀਏ 24/7 ਤੁਹਾਡਾ ਮੈਂ ਪਹਿਲੇ ਵੀ ਥਾ, ਅੱਜ ਵੀ ਹੈ, ਅੱਗੇ ਵੀ ਹੈ,
ਮੇਰਾ ਨੰਬਰ ਪਹਿਲੇ ਵੀ ਤੁਹਾਨੂੰ ਪਤਾ ਨਹੀਂ ਪਤਾ 94698 ਤੇ 5 1 94698 ਤੇ 5 1 ਬੋਲੋ 4698 ਤੁਹਾਨੂੰ ਬੋਲੋ 9 4 6 9 8 1 1 1 1 1 ਬੋਲੋ 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 ਔਰ ਸੁਣੋ ਮੋਰ ਕਿੱਥੇ ਲਾਉਣੀ ਹੱਥੇ ਪਰ ਪੰਜਾਬੀ ਬੋਲਾ ਕਰੋ ਮੋਰ ਕਿੱਥੇ ਲਾਉਣੀ ਹੈ ਹੱਥੇ ਪਰ ਲਾਉਣੀ ਕਿੰਨਾ ਸ਼ਾਲ ਲੱਗਦਾ ਡੋਗਰੀ ਹੱਥੇ ਪਰ ਲਾਉਣੀ ਹੈ ਇਹ ਲੱਗੇ ਪੰਜੇ ਲਾਉਣੀ ਔਖੀ ਹੈ ਮੋਰ ਕਿੱਥੇ ਲਾਉਣੀ ਹੈ ਹੱਥੇ ਪਰ ਲਾਉਣੀ ਹੈ ਸਰ ਡੋਗਰੀ ਪਿਓਰ ਰੱਖਣੀ ਆਪਣੀ ਸ਼ਾਲ ਠੀਕ ਹੈ ਹੁਣ ਦੇਖਿਓ ਮੈਂ 2004 ਚ ਵੀ ਕਸਮ ਚੁੱਕੀ ਪਗੜੀ ਪਾਈਏ ਸਾਫਾ ਪਾਈਏ ਤੇ ਇਹਦੇ ਫਾਇਦਾ ਹੁੰਦਾ ਚੂੜੀਦਾਰ ਪਜਾਮਾ ਹੈ ਤੇ ਡੋਗਰੀ ਸਿੰਘਾਂ ਤੇ ਚੁੱਕੀ 2004 ਚ ਵੀ 2009 ਚ ਵੀ ਹੁਣ ਆਈ 2024 ਹੈ ਇਹਨਾਂ ਪੁੱਤਰ ਅੰਗਰੇਜ਼ੀ ਚੁੱਕੀ ਅੰਗਰੇਜ਼ੀ ਹੈ ਕਿਆ ਬਾਤ ਹੈ ਐ ਦੇਸੀ ਟੱਟੂ ਬਾਕੀ ਤੁਸੀਂ ਕਰ ਲਓ ਸਭ ਕੁਝ ਪੂਰਾ ਬਾਕੀ ਖਾਲੀ ਜਗ੍ਹਾ ਠੀਕ ਹੈ ਇਸ ਕਰੀਏ ਜਨਾਬ ਤੁਹਾਡੇ ਕਿੰਨੇ ਰੋਣਾ ਤੁਹਾਡੇ ਲਿਖਾ ਰੋਣਾ ਅੰਗਰੇਜ਼ੀ ਬੋਲਣੀ ਬਖਲੇ ਕਨੇ ਹਿੰਦੀ ਬੋਲਣੀ ਬਖਲੇ ਕਨੇ ਜੇ ਆਪੂ ਜਾ ਮਿਲਣਾ ਇਹ ਨਹੀਂ ਲੱਗਿਆ ਕਿ ਬੰਦਾ ਔਖਾ ਹੈ ਟਫ ਹੈ ਮੁਸ਼ਕਿਲ ਹੈ ਇਹ ਆਂਦੇ ਹਿੰਦੀ ਲੈਕਚਰ ਕਰਦੇ ਬੜੇ ਹਿੰਦੀ ਲੈਕਚਰ ਕਰਦੇ ਪਰ ਤੁਸੀਂ ਡੋਗਰੀ ਨਹੀਂ ਆਉਂਦੇ ਤੁਸੀਂ ਹੁਣ ਡੋਮੀਸਾਲੀ ਹੋਈ ਦੋ ਅਸੀਂ ਤਾਂ ਪਰਿਵਾਰ ਨਾ ਬਣਾਇਆ ਅਤੇ ਨਾ ਬਣਾਉਣਾ ਮੈਂ ਇਲੈਕਸ਼ਨ ਲੜੇ ਮੈਂ ਨਹੀਂ ਲਾਇਆ ਡੋਮੀਸਾਲ ਹੈ ਡੋਮੀਸਾਲ ਅਸੀਂ ਤੈਸੇ ਅਸੀਂ ਸਟੇਟ ਸਪੈਕਟ ਹੀ ਹੈ ਅਸੀਂ ਡੋਗਰੇ ਹਾਂ ਅੱਛਾ ਹਿੰਦੂ ਹੈ ਜਾਂ ਮੁਸਲਮਾਨ ਹੈ ਸਿੱਖ ਹੈ ਇਹਨੇ ਬੱਕਰਵਾਲਾ ਹੀ ਪੁੱਛੋ ਬੱਕਰਵਾਲਾ ਤੂੰ ਤੇਰੀ ਉੱਨ ਵਿਕੀ ਸੜ ਗਈ ਨਾ ਅਤੇ ਉਹ ਜਿਹੜਾ ਲੂਣ ਪਾਉਂਦਾ ਹਾਂ ਤੂੰ ਤੇ ਦਵਾਈ ਪਾਉਂਦਾ ਉਸੇ ਦਿੰਦਾ ਹਾਂ ਦਵਾਈ ਪੁੱਛੋ ਇਹ ਉਸੇ ਪਤਾ ਤੇ ਤੁਹਾਡਾ ਕੁਛ ਪਤਾ ਹੋ ਬੜੀ ਮਿਹਰਬਾਨੀ ਸ਼ੁਕਰੀਆ ਧੰਨਵਾਦ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਸ਼ੇਰ ਟੁੱਕ